ਜ਼ਿਮੀਦਾਰ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ। ਮੇਰੀ ਖੁਦ ਦੀ ਖੇਤੀ ਆ ਅਤੇ ਗੰਨੇ ਦੀ ਮੈਂ ਕਾਸ਼ਤ ਕਾਫੀ ਦੇਰ ਤੋਂ ਕਰ ਰਿਹਾ ਅਤੇ ਗੰਨੇ ਦੀ ਕਾਸ਼ਤ ਜਦੋਂ ਆਪਾਂ ਮਿਲ 'ਚ ਲੈ ਕੇ ਜਾਂਦੇ ਹਾਂ ਅਤੇ ਮੈਂ ਆਪ ਖੜਦਾ ਹੈ ਨਾ, ਸਾਨੂੰ ਲੇਬਰ ਖਰਚਾ ਬੜਾ ਪੈਂਦਾ। ਫਿਰ ਸਾਨੂੰ ਉੱਥੇ ਤੁਸੀਂ ਵੇਖਿਆ ਹੋਗਾ ਵੀ ਕਈ ਕਈ ਦਿਨ ਕਈ ਕਈ ਸਾਲ ਸਾਨੂੰ ਧਰਨੇ ਦੇਣੇ ਪੈਂਦੇ ਆ ਸਾਡੀ ਪੇਮੈਂਟ ਵਾਸਤੇ। ਅਤੇ ਜਦੋਂ ਇਹ ਚੀਜ਼ਾਂ ਦੀ ਸੋਚ ਆਉਂਦੀ ਹੈ ਫਿਰ ਆਖੀਦਾ ਯਾਰ ਇੰਨਾ ਕੁਛ ਕਰਕੇ ਵੀ ਅਤੇ ਜੇ ਸਾਨੂੰ ਪੈਸਾ ਮਿਲਣਾ ਹੀ ਨਹੀਂ ਆ ਅਤੇ ਫਿਰ ਆਪਾਂ ਇਸੇ ਚੀਜ਼ ਤੋਂ ਮਤਲਬ ਮੈਨੂੰ ਵਿਚਾਰ ਆਇਆ ਕਿ ਆਪਾਂ ਕੁਛ ਐਕਸਟਰਾ ਕਰੀਏ। ਫਿਰ ਸ਼ੁਰੂਆਤ ਮੈਂ ਕੀਤੀ ਇਹ ਨਾ, ਅੱਜ ਕੱਲ੍ਹ ਜਿੱਦਾਂ ਫੂਡ ਵੈਨਸ ਚੱਲਦੀਆਂ ਵਾ ਅਤੇ ਉਹਦੇ ਵਿੱਚ ਕੀ ਹੁੰਦਾ ਕਿ ਮੈਂ ਵੇਖਿਆ ਸੀ ਮੇਰੇ ਕੋਲ ਤਾਂ ਟਰੈਕਟਰ ਹੈਗਾ, ਪਹਿਲਾਂ ਮੇਰੀ ਵੀ ਸੋਚ ਸੀ ਕਿ ਇੱਕ ਛੋਟਾ ਹਾਥੀ ਲੈ ਕੇ ਅਤੇ ਉਹਦੇ ਕੈਬਿਨ ਨੂੰ ਮੋਡੀਫਾਈ ਕਰਕੇ ਅਤੇ ਉਹ ਤਿਆਰ ਕੀਤਾ ਜਾਵੇ ਅਤੇ ਉਹ ਵੇਖਿਆ ਕਿ ਉਹ ਨਾ ਥੋੜ੍ਹਾ ਜਿਹਾ ਮਤਲਬ, ਅਤੇ ਫਿਰ ਮੈਨੂੰ ਕੀ ਹੋਇਆ ਕਿ ਇੱਕ ਬ੍ਰੇਕ ਆ ਗਈ ਅਤੇ ਗੰਨੇ ਮੇਰੇ ਜਿਹੜਾ ਆਪਣਾ ਗੰਨਾ ਸੀ ਲੋਕਲ ਉਹ ਫਿੱਕਾ ਪੈਣ ਲੱਗ ਗਿਆ ਅਤੇ ਫਿਰ ਮੈਂ ਵੇਖਿਆ ਕਿ ਇਹ ਸਾਈਡ 'ਤੇ ਇੰਨਾ ਖਰਚਾ ਲਾਇਆ, ਇਹਨੂੰ ਆਪਾਂ ਘਰੇ ਕਿਉਂ ਮਤਲਬ ਖਿਲਾਰੀ ਰੱਖਣਾ ਵਾ, ਇਹ ਤੋਂ ਕੋਈ ਨਾ ਕੋਈ ਫਾਇਦਾ ਲੈ ਜਾਵੇ। ਫਿਰ ਮੈਂ ਅਤੇ ਮੇਰੀ ਮਿਸਿਸ ਨੇ ਸਲਾਹ ਕੀਤੀ ਕਿ ਅਸੀਂ ਦੇਖਿਆ ਕਿ ਇੱਥੇ ਨਾ ਸਾਉਣ ਦੇ ਵਿੱਚ ਕੋਈ ਸਾਉਣ ਦਾ ਮਹੀਨਾ ਆ ਗਿਆ ਸੀ ਅਤੇ ਮੈਂ ਬਟਾਲੇ 'ਚ ਵੇਖਿਆ ਕਿਤੇ ਵੀ ਖੀਰ ਪੂੜੇ ਨਹੀਂ ਸੀ ਮਿਲਦੇ, ਕਿਤੇ ਬਹੁਤ ਸ਼ਹਿਰ ਦੇ ਅੰਦਰ ਕੋਈ ਦੁਕਾਨਾਂ ਇੱਕ ਦੋ ਹੈਗੀਆਂ ਸੀ ਜਿੱਥੇ ਖੀਰ ਵੀ ਨਹੀਂ ਮਿਲਦੀ, ਕੱਲੇ ਪੂੜੇ ਮਿਲਦੇ ਸੀ। ਅਤੇ ਫਿਰ ਅਸੀਂ ਇਸ ਕੰਸੈਪਟ ਨੂੰ ਅੱਗੇ ਵਧਾਇਆ, ਫਿਰ ਅਸੀਂ ਖੀਰ ਪੂੜੇ ਦਾ ਲਾਇਆ ਜਿਹੜਾ ਬਹੁਤ ਵਧੀਆ ਫੀਡਬੈਕ ਬਣਿਆ, ਲੋਕ ਖੀਰ ਪੂੜੇ ਖਾਂਦੇ ਵੀ ਆ, ਜਦੋਂ ਤੁਸੀਂ ਵੇਖਿਆ ਵਾ ਘਰਾਂ ਨੂੰ ਪੈਕ ਕਰਾ ਕੇ ਬਹੁਤ ਜ਼ਿਆਦਾ ਲੈ ਜਾਂਦੇ ਆ। ਮੈਂ ਜੋ ਕੁਛ ਵੀ ਇੱਥੇ ਤਿਆਰ ਹੁੰਦਾ ਵਾ ਮੇਰਾ ਨਾ ਇੱਕ ਮਕਸਦ ਆ, ਜੋ ਮੈਂ ਇੱਕ ਸੋਚ ਲੈ ਕੇ ਚੱਲਾਂ ਜਾਂ ਆਪਣਾ ਜੋ ਮੇਰਾ ਕੁਛ ਵੀ ਕਹਿ ਲਓ ਕਿ ਇੱਕ ਮੇਰੇ ਦਿਮਾਗ 'ਚ ਆਈ ਹੈ ਕਿ ਇੱਥੇ ਜੋ ਵੀ ਚੀਜ਼ ਦੇਣੀ ਆ, ਕਿਉਂਕਿ ਅਸੀਂ ਕਿਸਾਨ ਆ, ਅਸੀਂ ਵਪਾਰੀ ਨਹੀਂ ਹੈਗੇ, ਅਸੀਂ ਜੋ ਵੀ ਚੀਜ਼ ਦੇਵਾਂਗੇ ਪਿਓਰ ਦੇਵਾਂਗੇ ਸ਼ੁੱਧ ਦੇਵਾਂਗੇ। ਇਹ ਜਿੰਨਾ ਵੀ ਕੁਛ ਤੁਸੀਂ ਵੇਖ ਰਹੇ ਹੋ ਇਹ ਸਾਰਾ ਫਰੈਸ਼ ਤਿਆਰ ਹੁੰਦਾ, ਅੱਜ ਹੀ ਤਿਆਰ ਹੁੰਦਾ। ਜੇ ਕੋਈ ਬਚ ਗਿਆ ਤਾਂ ਉਹ ਰੋਟੀਆਂ ਡੰਗਰਾਂ ਵਾਸਤੇ ਚੱਲ ਜਾਣੀਆਂ ਜਾਂ ਸਬਜ਼ੀ ਵੰਡ ਦਿੱਤੀ ਜਾਣੀਆਂ ਜਾਂ ਸਭ ਕੁਛ ਇੱਦਾਂ ਹੋਣਾ, ਸਵੇਰੇ ਫਿਰ ਨਵੇਂ ਸਵੇਰੇ ਉਹੀ ਸ਼ੁਰੂ ਹੋਣਾ ਵਾ। ਕਿਸੇ ਨੇ ਕਦੀ ਅੱਜ ਤੱਕ ਇਹ ਕਿਹਾ ਕਿ ਵੀਰਪਾਲ ਜੀ ਆ ਕੇ ਕਰ ਲਿਆ? ਜੇ ਤਾਂ ਵੇਖੋ ਘਰ ਬੈਠੇ ਨੂੰ ਕੋਈ ਰੋਟੀ ਦੇਣ ਦੇ ਸਕਦਾ ਵਾ ਅਤੇ ਮੈਂ ਸ਼ਰਮ ਰੱਖ ਲੈਣਾ ਵਾ, ਫਿਰ ਮੈਂ ਨਹੀਂ ਕਰਦਾ। ਅਤੇ ਜੇ ਮੈਨੂੰ ਰੋਟੀ ਨਹੀਂ ਦੇ ਸਕਦੇ ਫਿਰ ਮੈਨੂੰ ਸ਼ਰਮ ਕਰਨ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਅਸੀਂ ਆਪਣਾ ਹੀ ਖਾਣਾ ਆਪਣਾ ਕਰਾਂਗੇ ਅਤੇ ਆਪਣਾ ਖਾਵਾਂਗੇ। ਜੇ ਅਸੀਂ ਝੋਨੇ ਦਾ ਰੇਟ ਅਸੀਂ ਮੰਡੀ ਲੈ ਕੇ ਜਾਂਦੇ ਹਾਂ ਉੱਥੇ 2000 ਰੇਟ ਆ, ਜੇ ਉੱਥੇ 2000 ਤੋਂ ਘੱਟ ਲੱਗ ਜਾਂਦਾ ਜਾਂ 30 ਰੁਪਏ ਘੱਟ ਲੱਗ ਜਾਂਦਾ ਜਾਂ 20 ਘੱਟ ਲੱਗ ਜਾਂਦਾ, ਅਸੀਂ ਉੱਥੇ ਆੜ੍ਹਤੀ ਨਾਲ 10-10 ਰੁਪਏ ਬਦਲੇ ਲੜਦੇ ਹਾਂ ਕਿ ਸਾਡਾ ਤੂੰ 10 ਰੁਪਏ ਰੇਟ ਕਿਉਂ ਲਾ, ਘੱਟ ਲਾਇਆ ਇਹਨੂੰ 10-20 ਕਰ ਪੂਰੇ ਕਰ। ਇੱਥੇ ਤਾਂ ਮੈਂ ਦੁੱਗਣਾ ਤਿੱਗਣਾ ਵੱਧ ਲੈਣ ਡਿਆ, ਹੁਣ ਮੈਂ ਕਿਉਂ ਫਿਰ ਸ਼ਰਮ ਕਰਾਂ? ਮੈਨੂੰ ਕੀ ਲੋੜ ਹੈ ਸ਼ਰਮ ਕਰਨ ਦੀ? ਕਹਿਣ ਨੂੰ ਹੋਰ ਚੀਜ਼ਾਂ ਜ਼ਮੀਨੀ ਪੱਧਰ 'ਤੇ ਹੋਰ ਚੀਜ਼ਾਂ, ਹੁਣ ਮੈਂ ਤਾਂ ਇਹ ਸੋਚਦਾ ਕਿ ਮੇਰੇ ਵੱਲ ਵੇਖ ਕੇ ਇੱਕ ਧੌਣ 'ਚ ਕਿੱਲਾ ਬੜਾ ਜਿਹੜਾ ਉਹ ਕੱਢ ਲੈਣ ਨਾ ਕਿਤੇ, ਅਤੇ ਮੈਂ ਦੇਣਾ ਉਹ ਮੈਂ ਕਾਮਯਾਬ ਫਿਰ ਇਸ ਜਿਹੜੇ ਧੌਣ 'ਚ ਜੱਟਾਂ 'ਤੇ ਕਿੱਲਾ ਉਹ ਕਿੱਲਾ ਕੱਢ ਲਓ ਅਤੇ ਕੋਈ ਗੱਲ ਨਹੀਂ, ਫਿਰ ਸਫਲ ਹੀ ਜਾਂਦੇ। ਉਹਦੇ ਕਰਕੇ ਅਸੀਂ ਆ ਰਹੇ ਹਾਂ ਜੀ, ਵੇਖ ਰਹੇ ਹਾਂ ਵੀ ਚਲੋ ਲੋਕਾਂ ਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਨਾ ਔਰਗੈਨਿਕ ਚੀਜ਼ਾਂ ਚੰਗੀਆਂ ਚੀਜ਼ਾਂ ਖਾਣੇ ਦਿੱਤੀਆਂ ਜਾਣ, ਕਿਉਂਕਿ ਅੱਜ ਕੱਲ੍ਹ ਮਹਿੰਗਾਈ ਬਹੁਤ ਹੈਗੀ ਆ ਅਤੇ ਉਹਦੇ ਕਰਕੇ ਇਲਾਜ ਕਰਾਉਣਾ ਬੰਦੇ ਦੇ ਵਾਸਤੇ ਗੱਲ ਨਹੀਂ ਹੈ। ਜਿੱਥੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਕਿਸਾਨੀ ਨੂੰ ਲਾਹੇਵੰਦ ਧੰਦਾ ਨਹੀਂ ਕਿਹਾ ਜਾ ਰਿਹਾ, ਉੱਥੇ ਹੀ ਤੁਹਾਨੂੰ ਮੈਂ ਇੱਕ ਤਸਵੀਰ ਦਿਖਾਉਣਾ ਚਾਹੁੰਦਾ ਹਾਂ ਕਿ ਕਿਵੇਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ। ਤਸਵੀਰ ਹੈ, ਤੁਸੀਂ ਦੇਖ ਸਕਦੇ ਹੋ, ਬਟਾਲਾ ਦੇ ਜਲੰਧਰ ਰੋਡ ਦੀ, ਜਿੱਥੇ ਇੱਕ ਕਿਸਾਨ ਵੀਰਪਾਲ ਜੋ ਕਿ ਆਪਣੀ ਜ਼ਮੀਨ 'ਚ ਖੇਤੀ ਦਾ ਕੰਮ ਵੀ ਕਰਦੇ ਹਨ ਅਤੇ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਕਾਰਟ ਤਿਆਰ ਕੀਤੀ ਹੈ ਟਰਾਲੀ ਦੇ ਰੂਪ ਦੇ ਵਿੱਚ, ਟਰੈਕਟਰ ਦੇ ਮਗਰੇ ਟਰਾਲੀ ਦੇ ਰੂਪ 'ਚ ਇਹ ਕਾਰਟ ਤਿਆਰ ਕੀਤੀ ਹੈ। ਜਦੋਂ ਜ਼ਮੀਨ ਤੋਂ ਵਾਹੀ ਤੋਂ ਸਮਾਂ ਮਿਲਦਾ ਹੈ ਤਾਂ ਉਸ ਤੋਂ ਬਾਅਦ ਇਹ ਆਪਣੀ ਇਸ ਕਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੈਜ ਥਾਲੀ, ਸਪੈਸ਼ਲ ਖੀਰ ਪੂੜਾ, ਇਸ ਤਰੀਕੇ ਦਾ ਸਮਾਨ ਖੁਦ ਘਰੋਂ ਤਿਆਰ ਕਰਕੇ ਲਿਆਉਂਦੇ ਹਨ ਅਤੇ ਇਸ ਕਾਰਟ 'ਚ ਲਿਆ ਕੇ ਇੱਥੇ ਵੇਚਦੇ ਹਨ। ਗੱਲਬਾਤ ਇਹਨਾਂ ਨਾਲ ਚੱਲ ਕੇ ਕਰਦੇ ਹਾਂ ਕਿਉਂਕਿ ਕੰਸੈਪਟ ਬਹੁਤ ਵਧੀਆ ਲੱਗਾ ਹੈ ਮੈਨੂੰ ਵੀ। ਕਿਸਾਨੀ ਨਾਲ ਰਿਲੇਟਡ ਨੇ, ਖੇਤੀਬਾੜੀ ਕਰਦੇ ਹਨ ਅਤੇ ਖੇਤੀਬਾੜੀ ਦੇ ਨਾਲ ਨਾਲ ਇਹ ਕੰਸੈਪਟ ਲਿਆ ਕੇ ਆਪਣੀ ਵੱਖਰੀ ਤੌਰ 'ਤੇ ਮਿਹਨਤ ਕਰ ਰਹੇ ਹਨ, ਉਸ ਸਮੇਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ। ਜਿਹੜਾ ਸਮਾਂ ਵਿਹਲਾ ਹੁੰਦਾ ਹੈ ਜਾਂ ਫਿਰ ਖਾਲੀ ਸਮਾਂ ਹੁੰਦਾ ਹੈ ਉਸ ਸਮੇਂ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਕੋਲ ਕਸਟਮਰ ਵੀ ਇੱਥੇ ਪਹੁੰਚੇ ਹੋਏ ਹਨ ਜਿਹੜੇ ਕਿ ਇਹਨਾਂ ਦੇ ਖੀਰ ਪੂੜੇ ਦਾ
ਸਵਾਦ ਆਨੰਦ ਉਠਾਉਂਦੇ ਨਜ਼ਰ ਆ ਰਹੇ ਹਨ। ਇਹਨਾਂ ਨਾਲ ਵੀ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ, ਉਸ ਤੋਂ ਬਾਅਦ ਕਿਸਾਨ ਵੀਰਪਾਲ ਸਿੰਘ ਨਾਲ ਵੀ ਗੱਲਬਾਤ ਕਰਾਂਗੇ। ਭਾਅ ਜੀ, ਤੁਸੀਂ ਆਏ ਹੋ ਇੱਥੇ, ਕੀ ਦੇਖ ਕੇ ਕੀ ਸੋਚ ਕੇ ਇਹਨਾਂ ਕੋਲ ਪਹੁੰਚੇ ਹੋ? ਅਸੀਂ ਜੀ ਲੰਘਦੇ ਦੇਖ ਰਹੇ ਸੀਗੇ ਔਰ ਪੁਰਾਣੇ ਕਲਚਰ ਦਾ ਖਾਣਾ ਇਹਨਾਂ ਦੇ ਕੋਲ, ਸਾਨੂੰ ਯਾਦ ਆਈ ਗੱਲ ਅਤੇ ਅਸੀਂ ਤਾਂ ਕਰਕੇ ਆ ਕੇ ਖਲੋ ਗਏ। ਤੁਸੀਂ, ਮੈਂ ਵੇਖਿਆ ਖੀਰ ਅਤੇ ਪੂੜੇ ਲਏ ਆ, ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ? ਬਹੁਤ ਵਧੀਆ ਲੱਗਾ। ਜਿਸ ਤਰ੍ਹਾਂ ਆਮ ਕਹਿੰਦੇ ਨਾ ਕਿਸਾਨੀ ਲਾਹੇਵੰਦ ਧੰਦਾ ਨਹੀਂ ਰਿਹਾ, ਲੱਗਦਾ ਨਹੀਂ ਕਿਸਾਨਾਂ ਨੂੰ ਆਪ ਇਸ ਤਰੀਕੇ ਦੇ ਨਾਲ ਕਾਰੋਬਾਰ ਕਰ ਲੈਣੀ ਚਾਹੀਦਾ? ਬਿਲਕੁਲ ਕਰਨਾ ਚਾਹੀਦਾ ਜੀ, ਬਿਲਕੁਲ ਕਰਨਾ ਚਾਹੀਦਾ। ਆਪਾਂ ਤਾਂ ਕਿਸਾਨਾਂ ਦੇ ਲੋਕਾਂ ਆਪਣੇ ਲੋਕਾਂ ਕੋਲ ਖਾ ਕੇ ਰਾਜ਼ੀ ਹਾਂ, ਠੀਕ ਆ। ਆਹ ਜਿਹੜੇ ਪ੍ਰਵਾਸੀ ਆ ਕੇ ਜਰਦਾ ਜੁਰਦਾ ਮਲ ਕੇ ਖਾਂਦੇ ਰਹਿੰਦੇ ਆ, ਇਹਨਾਂ ਦੇ ਕੋਲੋਂ ਤਾਂ ਵੈਸੇ ਆਪਾਂ ਖਾ ਕੇ ਰਾਜ਼ੀ ਨਹੀਂ ਹੈਗੇ। ਬਿਲਕੁਲ, ਇਹ ਵੀਰ ਜੀ ਆਪਣੀ ਫੈਮਿਲੀ ਨਾਲ ਇੱਥੇ ਆਏ ਸੀ ਅਤੇ ਇਹਨਾਂ ਦੇ ਕੋਲੋਂ ਵੀਰਪਾਲ ਜੀ ਕੋਲ ਖੀਰ ਪੂਰਾ ਖਾਂਦੇ ਨਜ਼ਰ ਆ ਰਹੇ ਨੇ ਅਤੇ ਨਾਲ ਦੀ ਨਾਲ ਉਹਨਾਂ ਨੇ ਸਿਫਤ ਵੀ ਕੀਤੀ ਹੈ ਕਿ ਹਰ ਕਿਸਾਨ ਨੂੰ ਆਪਣਾ ਇੱਕ ਰੁਜ਼ਗਾਰ ਜ਼ਰੂਰ ਨਾਲ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਖੇਤੀ ਦੇ ਨਾਲ ਨਾਲ ਉਸ ਧੰਦੇ ਨੂੰ ਲੈ ਕੇ ਵੀ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਤਾਂ ਇਸ ਕਾਰਟ ਨੂੰ ਤੁਹਾਨੂੰ ਮੈਂ ਅੰਦਰੋਂ ਵੀ ਦਿਖਾ ਦਿੰਦਾ ਹਾਂ, ਕਿਉਂਕਿ ਵੀਰਪਾਲ ਸਿੰਘ ਦੇ ਵੱਲੋਂ ਇਹ ਕਾਰਟ ਟਰਾਲੀ ਦੇ ਉੱਪਰ ਤਿਆਰ ਕੀਤੀ ਗਈ ਹੈ ਅਤੇ ਟਰੈਕਟਰ ਦੇ ਨਾਲ ਜੋੜ ਕੇ ਇਹਨਾਂ ਨੂੰ ਇੱਥੇ ਲਿਆਉਂਦੇ ਹਨ ਅਤੇ ਇੱਥੇ ਆਪਣਾ ਇਹ ਕੰਮ ਕਰਦੇ ਹਨ। ਸੀਜ਼ਨ ਦੇ ਤੌਰ 'ਤੇ ਜੇ ਗੱਲ ਕੀਤੀ ਜਾਵੇ ਤਾਂ ਗੰਨੇ ਦਾ ਰਸ ਵੀ ਵੇਚਦੇ ਹਨ, ਉਸ ਤੋਂ ਇਲਾਵਾ ਹੋਰ ਵੀ ਸਮਾਨ ਜਦੋਂ ਸੀਜ਼ਨ ਗੰਨੇ ਦਾ ਨਹੀਂ ਹੁੰਦਾ ਤਾਂ ਇਸ ਕਾਰਡ ਦੇ ਉੱਤੇ ਆਪਣੇ ਤਰੀਕੇ ਨਾਲ ਬਿਜ਼ਨਸ ਇੱਕ ਸ਼ੁਰੂ ਕੀਤਾ ਹੋਇਆ, ਜਿਸ ਤੋਂ ਆਪਣੇ ਵਿਹਲੇ ਸਮੇਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ ਅਤੇ ਕਮਾਈ ਕਰਦੇ ਨਜ਼ਰ ਆ ਰਹੇ ਹਨ। ਇਸੇ ਕਾਰਨ ਹੀ ਮੈਂ ਪਹਿਲਾਂ ਕਿਹਾ ਸੀ ਕਿ ਜਿੱਥੇ ਕਿਸਾਨੀ ਧੰਦਾ ਲਾਹੇਵੰਦ ਨਹੀਂ ਰਿਹਾ ਉੱਥੇ ਅਗਰ ਕਿਸਾਨ ਇਸ ਤਰੀਕੇ ਨਾਲ ਕਾਰੋਬਾਰ ਕਰਨ ਤਾਂ ਆਪਣੇ ਉਸ ਕਿਸਾਨੀ ਧੰਦੇ ਨੂੰ ਲਾਹੇਵੰਦ ਵੀ ਬਣਾ ਸਕਦੇ ਹਨ ਅਤੇ ਨਾਲ ਦੀ ਨਾਲ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ, ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਇੱਕ ਵੱਖਰੇ ਤਰੀਕੇ ਨਾਲ ਕਮਾਈ ਦਾ ਸਾਧਨ ਵੀ ਤਿਆਰ ਕਰ ਸਕਦੇ ਹਨ। ਗੱਲਬਾਤ ਕਰ ਲਾਂਗੇ, ਵੀਰਪਾਲ ਜੀ ਸਾਡੇ ਨਾਲ ਇੱਥੇ ਮੌਜੂਦ ਨੇ। ਵੀਰਪਾਲ ਜੀ, ਮੈਂ ਸਿਰਫ ਤੁਹਾਡੇ ਕੋਲ ਜਾਣਨ ਇਹ ਆਇਆ ਕਿ ਕਿਵੇਂ ਇਹ ਸੋਚ ਆਈ ਸਾਰਾ ਕੰਸੈਪਟ ਤਿਆਰ ਕਰਨ ਦੀ, ਕਿਉਂਕਿ ਅੱਜ ਕੱਲ੍ਹ ਕਿਸਾਨ ਜ਼ਿਆਦਾਤਰ ਨਾ ਕਹਿੰਦੇ ਨੇ ਕਿਸਾਨੀ ਧੰਦਾ ਜਿਹੜਾ ਲਾਹੇਵੰਦ ਨਹੀਂ ਰਿਹਾ, ਨੁਕਸਾਨ ਹੁੰਦਾ, ਪਰ ਤੁਸੀਂ ਇਹ ਕਿਵੇਂ ਸਾਰਾ ਕੁਝ ਸੋਚ ਕੇ ਤਿਆਰ ਕੀਤਾ? ਵੇਖੋ ਜੀ, ਜ਼ਿਮੀਂਦਾਰ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ, ਮੇਰੀ ਖੁਦ ਦੀ ਖੇਤੀ ਆ ਅਤੇ ਗੰਨੇ ਦੀ ਮੈਂ ਕਾਸ਼ਤ ਕਾਫੀ ਦੇਰ ਤੋਂ ਕਰ ਰਿਹਾ ਅਤੇ ਗੰਨੇ ਦੀ ਕਾਸ਼ਤ ਜਦੋਂ ਆਪਾਂ ਮਿਲ 'ਚ ਲੈ ਕੇ ਜਾਂਦੇ ਹਾਂ ਅਤੇ ਮੈਂ ਆਪ ਖੜਦਾ, ਹੈ ਨਾ, ਸਾਨੂੰ ਲੇਬਰ ਖਰਚਾ ਬੜਾ ਪੈਂਦਾ, ਫਿਰ ਸਾਨੂੰ ਉੱਥੇ ਤੁਸੀਂ ਵੇਖਿਆ ਹੋਊਗਾ ਵੀ ਕਈ ਕਈ ਦਿਨ ਕਈ ਕਈ ਸਾਲ ਸਾਨੂੰ ਧਰਨੇ ਦੇਣੇ ਪੈਂਦੇ ਆ ਸਾਡੀ ਪੇਮੈਂਟ ਵਾਸਤੇ। ਅਤੇ ਜਦੋਂ ਇਹ ਚੀਜ਼ਾਂ ਦੀ ਸੋਚ ਆਉਂਦੀ ਹੈ ਫਿਰ ਆਖੀਦਾ ਯਾਰ ਇੰਨਾ ਕੁਛ ਕਰਕੇ ਵੀ ਤਾਂ ਜੇ ਸਾਨੂੰ ਪੈਸਾ ਮਿਲਣਾ ਹੀ ਨਹੀਂ ਆ ਅਤੇ ਫਿਰ ਆਪਾਂ ਇਸੇ ਚੀਜ਼ ਤੋਂ, ਮਤਲਬ ਮੈਨੂੰ ਵਿਚਾਰ ਆਇਆ ਕਿ ਆਪਾਂ ਕੁਛ ਐਕਸਟਰਾ ਕਰੀਏ। ਫਿਰ ਸ਼ੁਰੂਆਤ ਮੈਂ ਕੀਤੀ ਗੁੜ ਕੱਢਣ ਤੋਂ, 3 ਸਾਲ ਪਹਿਲਾਂ ਮੈਂ ਗੁੜ ਸ਼ੱਕਰ ਦਾ ਕੰਮ ਕਰ ਰਿਹਾ, ਮੇਰਾ ਫੇਸਬੁੱਕ ਸਰਕਲ ਕਾਫੀ ਆ, ਫੇਸਬੁੱਕ ਫਰੈਂਡਸ ਨੇ ਅਤੇ ਬਾਕੀ ਲੋਕਲ ਸਰਕਲ ਵੀ ਹੈਗਾ ਵਾ ਜਿੱਥੇ, ਅਤੇ ਉਹ ਗੁੜ ਲੋਕਾਂ ਨੇ ਬਹੁਤ ਪਸੰਦ ਕੀਤਾ, ਗੁੜ ਸ਼ੱਕਰ ਵੀ ਪਸੰਦ ਕੀਤੀ। ਅਤੇ ਫਿਰ ਉਦੋਂ ਤੋਂ ਹੀ ਮੈਨੂੰ ਇਹ ਸੀ ਕਿ ਕਿਉਂਕਿ ਮੇਰੇ ਕੋਲ ਜਦੋਂ ਗੰਨਾ ਪੈਦਾ ਮੈਂ ਖੇਤਾਂ 'ਚ ਕਰਦਾ ਵਾਂ ਅਤੇ ਮੈਂ ਵਿਲਣੇ ਵਾਲੇ ਨੂੰ ਵੀ ਦਿੰਦਾ ਵਾਂ 85 ਰੋਹ ਵਾਸਤੇ, ਅਤੇ ਜਦੋਂ ਉਹਨਾਂ ਨੂੰ ਦਈਦਾ ਉਹ ਮਿਲ ਦੇ ਰੇਟ ਤੋਂ 2.5 ਗੁਣਾ 3 ਗੁਣਾ ਵੀ ਵੱਧ ਲੈ ਲੈਂਦੇ ਆ। ਜੇ ਮਿਲ ਦਾ ਰੇਟ 400 ਰੁਪਈਏ ਆ ਤਾਂ 1000 ਰੁਪਈਏ ਵੀ ਲੈਂਦੇ ਆ, ਅਤੇ ਉੱਥੋਂ ਹੀ ਮੈਨੂੰ ਖਿਆਲ ਆਇਆ ਕਿ ਕੀ ਮਾੜਾ ਵਾ ਜੇ ਅਸੀਂ ਆਪ ਕਰ ਲਈਏ, ਅਤੇ ਜੇ 1000 ਰੁਪਈਏ ਉਹਨਾਂ ਨੂੰ ਵੀ ਦੇ ਰਹੇ ਹਾਂ ਅਤੇ ਅਸੀਂ ਮਤਲਬ ਹੋਰ ਬਚਤ ਕਰ ਸਕਦੇ ਹਾਂ। ਅਤੇ ਸਾਰਾ ਦਿਨ ਜਦੋਂ ਖੇਤੀ ਜਦੋਂ ਅਸੀਂ ਕਰ ਲਈ, ਜਦੋਂ ਫਸਲਾਂ ਦੀ ਸਾਂਭ ਸੰਭਾਲ ਹੋ ਗਈ ਅਤੇ ਆਪਾਂ ਇਹ ਸੈਟਅਪ ਜਦੋਂ ਵਿਹਲੇ 'ਚ ਰਹਿਣਾ ਵਾ ਤਾਂ ਫਿਰ ਇਹ ਕੰਮ ਕੀਤਾ ਜਾ ਸਕਦਾ ਵਾ। ਇਹ ਸੈਟਅਪ ਕਿੱਦਾਂ ਤਿਆਰ ਕੀਤਾ? ਮੈਨੂੰ ਸੈਟਅਪ ਤੁਹਾਡਾ ਬੜਾ ਵਧੀਆ ਲੱਗਾ, ਟਰੈਕਟਰ ਅਤੇ ਟਰਾਲੀ ਨੂੰ ਇੱਕ ਵੱਖਰਾ ਰੂਪ ਦੇ ਤਾ ਤੂੰ। ਹਾਂਜੀ, ਇਹ ਨਾ ਅੱਜ ਕੱਲ੍ਹ ਜਿੱਦਾਂ ਫੂਡ ਵੈਨਸ ਚੱਲਦੀਆਂ ਵਾ ਅਤੇ ਉਹਦੇ ਵਿੱਚ ਕੀ ਹੁੰਦਾ ਕਿ ਮੈਂ ਵੇਖਿਆ ਸੀ ਮੇਰੇ ਕੋਲ ਤਾਂ ਟਰੈਕਟਰ ਹੈਗਾ, ਪਹਿਲਾਂ ਮੇਰੀ ਵੀ ਸੋਚ ਸੀ ਕਿ ਇੱਕ ਛੋਟਾ ਹਾਥੀ ਲੈ ਕੇ ਅਤੇ ਉਹਦੇ ਕੈਬਿਨ ਨੂੰ ਮੋਡੀਫਾਈ ਕਰਕੇ ਅਤੇ ਉਹ ਤਿਆਰ ਕੀਤਾ ਜਾਵੇ, ਅਤੇ ਉਹ ਵੇਖਿਆ ਕਿ ਉਹ ਨਾ ਥੋੜ੍ਹਾ ਜਿਹਾ ਮਤਲਬ ਉਹ ਟ੍ਰੈਫਿਕ ਰੀਅਮ ਆਪਣੇ ਨਿਯਮਾਂ ਦੇ ਉਲਟ ਜਾਂਦਾ ਵਾ, ਉਹਦੇ ਵਿੱਚ ਉਹਨੂੰ ਕਿਤੇ ਵੀ ਉਹਦਾ ਚਲਾਨ ਕੱਟ ਸਕਦੇ ਆ ਜਾਂ ਉਹ ਪਲਟ ਸਕਦਾ, ਕਿਉਂਕਿ ਉਹ ਜੋ ਜਿੰਨਾ ਇਹਦੇ ਵਿੱਚ ਸੈਟਅਪ ਲੱਗਾ ਜਿੰਨਾ ਵਜਨ ਆ ਉਹਨੇ ਨਹੀਂ ਸੀ ਚੱਲਣਾ। ਸਪੇਸ ਵੀ ਇਹਦੇ 'ਚ ਜ਼ਿਆਦਾ, ਉਹਦੇ ਨਾਲ ਸਪੇਸ ਵੀ ਜ਼ਿਆਦਾ ਆ
ਅਤੇ ਇਹਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਜੇ ਆਉਣੀਆਂ ਨੇ ਅਜੇ, ਹੁਣ ਤੁਸੀਂ ਵੇਖੋ ਖਾਲੀ ਇਹਦੇ ਵਿੱਚ ਕੈਂਡੀ ਵੀ ਰੱਖਣੀ ਆ, ਇਹਦੇ ਵਿੱਚ ਸਲੱਸ਼ ਦੂਜੀ ਜੂਸ ਮਸ਼ੀਨ ਮਿਕਸਰ ਉਹ ਸਭ ਆਉਣਾ, ਅਤੇ ਫਿਰ ਮੈਨੂੰ ਸੋਚ ਆਈ ਕਿ ਇਹੋ ਜਿਹਾ ਤਿਆਰ ਕਰਨਾ। ਤੁਸੀਂ ਇੱਕ ਚੀਜ਼ ਮੈਨੂੰ ਹੋਰ ਤੁਹਾਡੀ ਬੜੀ ਪਸੰਦ ਆਈ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਗੰਨੇ ਦੇ ਜੂਸ ਤੋਂ ਤੁਸੀਂ ਇਹ ਕਨਸੈਪਟ ਤਿਆਰ ਕੀਤਾ ਹੈ ਨਾ, ਗੰਨੇ ਦਾ ਜੂਸ ਪਹਿਲਾਂ ਵੇਚਣਾ ਸ਼ੁਰੂ ਕੀਤਾ, ਪਰ ਇਹ ਸੀਜ਼ਨਲ ਕੰਮ ਹੁੰਦਾ, ਪਰ ਮੈਨੂੰ ਤੁਹਾਡਾ ਬੜਾ ਵਧੀਆ ਲੱਗਾ ਕਿ ਤੁਸੀਂ ਇਹਦੇ ਨਾਲ ਨਾਲ ਜਦੋਂ ਗੰਨੇ ਦਾ ਸੀਜ਼ਨ ਨਹੀਂ ਹੁੰਦਾ ਉਦੋਂ ਹੋਰ ਚੀਜ਼ਾਂ ਵੀ ਜਿਹੜੀਆਂ ਇੱਥੇ ਲਿਆ ਕੇ ਵੇਚਦੇ ਹੋ, ਉਹਨਾਂ ਚੀਜ਼ਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਤੁਸੀਂ ਲਿਆ ਕੇ ਵੇਚਦੇ ਹੋ? ਐਸੀ ਸਾਲ ਜਦੋਂ ਮੈਂ ਸ਼ੁਰੂ ਕੀਤਾ ਗੰਨੇ ਦੇ ਜੂਸ ਦਾ ਕੰਮ ਅਤੇ ਮੈਨੂੰ ਬਹੁਤ ਵਧੀਆ ਫੀਡਬੈਕ ਮਿਲਿਆ, ਉਸ ਤੋਂ ਬਾਅਦ ਮੈਂ ਕੀ ਸੀ ਕਿ ਜਿਹੜੇ ਦੂਸਰੇ ਬਾਹਰੋਂ ਗੰਨਾ ਮਹਾਰਾਸ਼ਟਰ ਤੋਂ ਲਿਆ ਕੇ ਵੇਚਦੇ ਆ ਅਤੇ ਮੈਨੂੰ ਉਹ ਪਸੰਦ ਨਾ ਆਇਆ ਕਿਉਂਕਿ ਉਹਦੀ ਰੋਹ ਇੰਨੀ ਮਤਲਬ ਸਵਾਦ ਨਹੀਂ ਜਾਂ ਕੁਛ ਕਹਿ ਲਓ, ਅਤੇ ਫਿਰ ਮੈਨੂੰ ਕੀ ਹੋਇਆ ਕਿ ਇੱਕ ਬ੍ਰੇਕ ਆ ਗਈ ਅਤੇ ਗੰਨੇ ਮੇਰੇ ਜਿਹੜਾ ਆਪਣਾ ਗੰਨਾ ਸੀ ਲੋਕਲ ਉਹ ਫਿੱਕਾ ਪੈਣ ਲੱਗਿਆ, ਅਤੇ ਫਿਰ ਮੈਂ ਵੇਖਿਆ ਕਿ ਇਹ ਸੈਟਅਪ 'ਤੇ ਇੰਨਾ ਖਰਚਾ ਲਾਇਆ, ਇਹਨੂੰ ਆਪਾਂ ਘਰੇ ਕਿਉਂ ਮਤਲਬ ਖਿਲਾਰੀ ਰੱਖਣਾ ਵਾ, ਇਹ ਤੋਂ ਕੋਈ ਨਾ ਕੋਈ ਫਾਇਦਾ ਲਿਆ ਜਾਵੇ। ਫਿਰ ਮੈਂ ਅਤੇ ਮੇਰੀ ਮਿਸਿਸ ਨੇ ਸਲਾਹ ਕੀਤੀ ਕਿ ਅਸੀਂ ਦੇਖਿਆ ਕਿ ਇੱਥੇ ਨਾ ਸਾਉਣ ਦੇ ਵਿੱਚ, ਕਿਉਂਕਿ ਸਾਉਣ ਦਾ ਮਹੀਨਾ ਆ ਗਿਆ ਸੀ ਉਦੋਂ, ਉਹ ਤੋਂ ਪਹਿਲਾਂ ਗੰਨਾ ਹੈਗਾ, ਸਾਉਣ 'ਚ ਗੰਨਾ ਖਤਮ ਹੋ ਗਿਆ, ਅਤੇ ਉਸ ਤੋਂ ਫਿਰ ਕੀ ਹੋਇਆ ਕਿ ਮੈਂ ਸਾਨੂੰ ਆਇਆ ਕਿ ਇੱਥੇ ਸਾਉਣ ਦੇ ਵਿੱਚ ਨਾ ਖੀਰ ਪੂੜੇ ਅਤੇ ਉਹ ਬਹੁਤ ਚੱਲਦੀ ਆ, ਅਤੇ ਮੈਂ ਬਟਾਲੇ 'ਚ ਵੇਖਿਆ ਕਿਤੇ ਵੀ ਖੀਰ ਪੂੜੇ ਨਹੀਂ ਸੀ ਮਿਲਦੇ, ਕਿਤੇ ਬਹੁਤ ਸ਼ਹਿਰ ਦੇ ਅੰਦਰ ਕੋਈ ਦੁਕਾਨਾਂ ਇੱਕ ਦੋ ਹੈਗੀਆਂ ਸੀ ਜਿੱਥੇ ਖੀਰ ਵੀ ਨਹੀਂ ਮਿਲਦੀ, ਇਕੱਲੇ ਪੂੜੇ ਮਿਲਦੇ ਸੀ, ਅਤੇ ਫਿਰ ਅਸੀਂ ਇਸ ਕੰਸੈਪਟ ਨੂੰ ਅੱਗੇ ਵਧਾਇਆ, ਫਿਰ ਅਸੀਂ ਖੀਰ ਪੂੜੇ ਦਾ ਲਾਇਆ ਜਿਹੜਾ ਬਹੁਤ ਵਧੀਆ ਫੀਡਬੈਕ ਮਿਲਿਆ, ਲੋਕ ਖੀਰ ਪੂੜੇ ਖਾਂਦੇ ਵੀ ਆ, ਤੁਹਾਨੂੰ ਤੁਸੀਂ ਵੇਖਿਆ ਵਾ ਘਰਾਂ ਨੂੰ ਪੈਕ ਕਰਾ ਕੇ ਵੀ ਬਹੁਤ ਜ਼ਿਆਦਾ ਲੈ ਜਾਂਦੇ ਆ, ਫਿਰ ਕਈ ਤਾਂ ਜਿੱਦਾਂ ਖੀਰ ਛੱਡ ਕੇ ਇਕੱਲੇ ਪੂੜੇ ਵੀ ਲੈ ਜਾਂਦੇ ਆ, ਮਤਲਬ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਮਨ ਹੋਵੇ ਅਸੀਂ ਉਸ ਤਰ੍ਹਾਂ ਦੀ ਉਹਨੂੰ ਸਰਵਿਸ ਦੇ ਦਿੰਦੇ। ਬਿਲਕੁਲ, ਆਪਣੀ ਸਰਵਿਸ ਜਿਸ ਤਰੀਕੇ ਦਾ ਕਿਸੇ ਦਾ ਮਨ ਹੋਵੇ ਉਸ ਤਰੀਕੇ ਨਾਲ ਹੀ ਆਪਣੀ ਸਰਵਿਸ ਦਿੰਦੇ ਨੇ। ਤੁਸੀਂ ਕਸਟਮਰ ਭੁਗਤਾ ਲਓ ਵੀਰਪਾਲ ਜੀ, ਮੈਂ ਉਹਨਾਂ ਜੇ ਤੁਹਾਡਾ ਅੰਦਰ ਦਾ ਕੰਸੈਪਟ ਦਿਖਾਉਣਾ, ਫਿਰ ਤੁਹਾਨੂੰ ਫਿਰ ਦੁਬਾਰਾ ਗੱਲਬਾਤ ਜ਼ਰੂਰ ਕਰਾਂਗੇ ਗੱਲਬਾਤ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਸਟਮਰ ਇੱਥੇ ਆਉਂਦੇ ਨੇ ਉਹ ਇਹਨਾਂ ਦੇ ਕੋਲ ਆ ਕੇ ਜਿਹੜਾ ਇਹ ਸਮਾਨ ਵੇਚ ਰਹੇ ਨੇ ਉਹ ਖਰੀਦਦਾਰੀ ਕਰਦੇ ਨੇ, ਤਾਂ ਕਿਤੇ ਨਾ ਕਿਤੇ ਜੇ ਤੁਹਾਨੂੰ ਮੈਂ ਇਹਨਾਂ ਦਾ ਕੰਸੈਪਟ ਦਿਖਾਵਾਂ ਇਸ ਇੱਕ ਟਰਾਲੀ ਰੂਪਾ ਦੁਕਾਨ ਦੇ ਅੰਦਰ, ਅਤੇ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਗੰਨੇ ਦੇ ਜੂਸ ਦਾ ਕੰਮ ਕੀਤਾ ਸੀ, ਇਹ ਉਹ ਮਸ਼ੀਨ ਹੈ ਜਿਹਦੇ 'ਚੋਂ ਗੰਨੇ ਦਾ ਰਸ ਕੱਢਿਆ ਜਾਂਦਾ ਹੈ, ਪਰ ਇਹ ਸੀਜ਼ਨਲ ਕੰਮ ਸੀ, ਜਦੋਂ ਗੰਨੇ ਦਾ ਸੀਜ਼ਨ ਹੁੰਦਾ ਸੀ ਉਦੋਂ ਤੱਕ ਤਾਂ ਚੱਲਦਾ ਸੀ, ਪਰ ਉਸ ਤੋਂ ਬਾਅਦ ਕੰਮ ਬੰਦ ਹੋ ਜਾਂਦਾ ਸੀ, ਤਾਂ ਇਸ ਕਿਸਾਨ ਵੀਰਪਾਲ ਨੇ ਆਪਣੇ ਦਿਮਾਗ ਤੋਂ ਇਸਤੇਮਾਲ ਲਿਆ ਤਾਂ ਗੰਨੇ ਦੇ ਸੀਜ਼ਨ ਤੋਂ ਇਲਾਵਾ ਹੋਰ ਕੰਮ ਕਰਨਾ ਸ਼ੁਰੂ ਕੀਤਾ, ਕਿਉਂਕਿ ਇਹ ਸਾਰੀ ਦੁਕਾਨ ਜਿਹੜੀ ਇਹਨਾਂ ਨੇ ਟਰਾਲੀ ਉੱਤੇ ਬਣਾਈ ਹੋਈ ਹੈ, ਕਾਰਟ ਕਹਿ ਲਈਏ ਦੁਕਾਨ ਕਹਿ ਲਈਏ ਇੱਕ ਟਰੈਕਟਰ ਟਰਾਲੀ ਉੱਤੇ ਬਣਾਈ ਹੋਈ ਹੈ, ਇਸ ਨੂੰ ਖਰਾਬ ਨਹੀਂ ਸੀ ਹੋਣ ਦੇਣਾ ਚਾਹੁੰਦੇ, ਤਾਂ ਆਪਣੇ ਦਿਮਾਗ ਦੇ ਨਾਲ ਕੰਸੈਪਟ ਦੇ ਵਿੱਚ ਤਬਦੀਲੀ ਲਿਆਂਦੀ, ਤਾਂ ਜਦੋਂ ਗੰਨੇ ਦਾ ਸੀਜ਼ਨ ਨਹੀਂ ਸੀ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਦਾਲ ਸਬਜ਼ੀ ਜੇ ਕਹਿ ਲਿਆ ਜਾਵੇ ਤਾਂ ਰੋਟੀ ਚਾਵਲ ਅਤੇ ਨਾਲ ਖੀਰ ਪੂੜੇ ਵੇਚਣੇ ਸ਼ੁਰੂ ਕੀਤੇ, ਅਤੇ ਉਹ ਵੀ ਆਪਣੇ ਘਰ ਤੋਂ ਲਿਆ ਕੇ ਆਪਣੇ ਹੀ ਸਮਾਨ ਤੋਂ ਜਿਹੜਾ ਕਿ ਆਪਣੀ ਹੀ ਖੇਤੀ ਵਿੱਚ ਬੀਜਿਆ ਹੁੰਦਾ ਹੈ ਉਹੀ ਸਮਾਨ ਤੋਂ ਇਹ ਸਾਰਾ ਸਮਾਨ ਤਿਆਰ ਕਰਕੇ ਇੱਥੇ ਵੇਚਣਾ ਸ਼ੁਰੂ ਕੀਤਾ, ਤਾਂ ਕੰਸੈਪਟ ਸਭ ਤੋਂ ਵਧੀਆ ਹੈ। ਅਤੇ ਜੇਕਰ ਕਿਸਾਨ ਇਸ ਕੰਸੈਪਟ ਦੇ ਨਾਲ ਚੱਲਣ ਕਿ ਜਿੱਥੇ ਖੇਤੀ ਦਾ ਧੰਦਾ ਕਰਨ, ਉਸ ਤੋਂ ਇਲਾਵਾ ਨਾਲ ਹੋਰ ਰੁਜ਼ਗਾਰ ਅਪਣਾਉਣ, ਅਤੇ ਉਹੀ ਚੀਜ਼ ਦਾ ਅਪਣਾਉਣ ਜਿਹੜੀ ਚੀਜ਼ ਆਪਣੇ ਖੇਤਾਂ 'ਚ ਬੀਜੀ ਹੁੰਦੀ ਹੈ ਅਤੇ ਉਸ ਨੂੰ ਹੀ ਲੋਕਾਂ ਤੱਕ ਪਹੁੰਚਾਉਣ ਖੁਦ, ਤਾਂ ਵੱਧ ਕਮਾਈ ਉਹਨਾਂ ਦੇ ਵੱਲੋਂ ਕੀਤੀ ਜਾ ਸਕਦੀ ਆ। ਤਾਂ ਵੀਰਪਾਲ ਜੀ ਸਾਡੇ ਨਾਲ ਫਿਰ ਇੱਥੇ ਮੌਜੂਦ ਨੇ, ਉਹਨਾਂ ਨਾਲ ਫਿਰ ਗੱਲਬਾਤ ਕਰਦੇ ਆ। ਵੀਰਪਾਲ ਜੀ ਮੈਂ ਇੱਥੇ ਹੀ ਆਇਆ ਤੁਹਾਡੇ ਕੋਲ। ਅੱਛਾ, ਤੁਸੀਂ ਜਿਸ ਤਰ੍ਹਾਂ ਖੀਰ ਪੂੜੇ ਇਹ ਸਾਰਾ ਕੁਝ ਵੇਚਦੇ ਹੋ, ਇਹਦੇ ਨਾਲ ਰੋਟੀ ਸਬਜ਼ੀ ਵਗੈਰਾ ਵੀ ਸਾਰਾ ਕੁਝ ਘਰੋਂ ਤਿਆਰ ਕਰਕੇ ਲਿਆਉਂਦੇ ਹੋ? ਮੈਂ ਜੋ ਕੁਝ ਵੀ ਇੱਥੇ ਤਿਆਰ ਹੁੰਦਾ ਵਾ, ਮੇਰਾ ਨਾ ਇੱਕ ਮਕਸਦ ਆ, ਜੋ ਮੈਂ ਇੱਕ ਸੋਚ ਲੈ ਕੇ ਚੱਲਾਂ ਜਾਂ ਆਪਣਾ ਜੋ ਮੇਰਾ ਕੁਛ ਵੀ ਕਹੋ ਕਿ ਇੱਕ ਮੇਰੇ ਦਿਮਾਗ 'ਚ ਆਈ ਹੈ ਕਿ ਇੱਥੇ ਜੋ ਵੀ ਚੀਜ਼ ਦੇਣੀ ਆ, ਕਿਉਂਕਿ ਅਸੀਂ ਕਿਸਾਨ ਆ, ਅਸੀਂ ਵਪਾਰੀ ਨਹੀਂ ਹੈਗੇ, ਅਸੀਂ ਜੋ ਵੀ ਚੀਜ਼ ਦੇਵਾਂਗੇ ਪਿਓਰ ਦੇਵਾਂਗੇ, ਸ਼ੁੱਧ ਦੇਵਾਂਗੇ। ਇਹ ਜਿੰਨਾ ਵੀ ਕੁਛ ਤੁਸੀਂ ਵੇਖ ਰਹੇ ਹੋ ਇਹ ਸਾਰਾ ਫਰੈਸ਼ ਤਿਆਰ ਹੁੰਦਾ, ਅੱਜ ਹੀ ਤਿਆਰ ਹੁੰਦਾ। ਜੇ ਕੋਈ ਬਚ ਗਿਆ ਤਾਂ ਉਹ ਰੋਟੀਆਂ ਡੰਗਰਾਂ ਵਾਸਤੇ ਚੱਲ ਜਾਣੀਆਂ ਜਾਂ ਸਬਜ਼ੀ ਵੰਡ ਦਿੱਤੀ ਜਾਣੀਆਂ ਜਾਂ ਸਭ ਕੁਛ ਇੱਦਾਂ ਹੋਣਾ। ਸਵੇਰੇ ਫਿਰ ਨਵੇਂ ਸਵੇਰੇ ਉਹੀ ਸ਼ੁਰੂ ਹੋਣਾ ਵਾ, ਅਤੇ ਖੀਰ ਪੂੜਿਆਂ ਤੋਂ ਬਾਅਦ ਫਿਰ ਮੈਂ ਘਰ ਦਾ ਖਾਣਾ ਸ਼ੁਰੂ ਕੀਤਾ, ਉਹਦੇ ਵਿੱਚ ਮੈਂ ਘਰੋਂ ਆਪਣੇ ਚਪਾਤੀ ਜਿਹੜੀਆਂ ਨੇ ਉਹ ਪਕਾ ਕੇ ਲਿਆਉਂਦਾ ਵਾਂ, ਅਤੇ ਫਿਰ ਨਾਲ ਤਿੰਨ ਸਬਜ਼ੀਆਂ ਆਉਂਦੀਆਂ ਨੇ,
ਮਤਲਬ ਹਰ ਇੱਕ ਦਾ ਟੇਸਟ ਵੱਖਰਾ ਵਾ, ਤੇ ਫਿਰ ਜੇ ਕਿਸੇ ਨੂੰ ਤਿੰਨੇ ਸਬਜ਼ੀਆਂ ਲੈਣੀਆਂ ਤਾਂ ਵੀ ਵੈਲਕਮ, ਜੇ ਕਿਸੇ ਨੇ ਇੱਕ ਲੈਣੀ ਆ ਤਾਂ ਵੀ ਠੀਕ ਹੈ, ਜੇ ਦੋ ਲੈਣੀ ਜੇ ਇਕੱਲੀ ਕਿਸੇ ਨੇ ਸਬਜ਼ੀ ਇੱਕ ਲੈਣੀ ਆ ਤਾਂ ਵੀ ਦੇ ਦਿੰਦੇ ਹੋ, ਜੇ ਇਕੱਲੇ ਖੀਰ ਕਿਸੇ ਲੈਣੀ ਤਾਂ ਵੀ ਦੇ ਦਿੰਦੇ ਹੋ, ਪੂੜੇ ਵੀ ਇਕੱਲੇ ਲੈਣੇ ਤਾਂ ਵੀ ਦੇ ਦਿੰਦੇ। ਮੈਂ ਕਿਹਾ ਜੀ ਸਭ ਕੁਛ ਇੱਥੇ ਕੋਈ ਬੰਦਿਸ਼ ਨਹੀਂ ਹੈਗੀ, ਕੋਈ ਉਹ ਬਾਣੀਆਂ ਸੋਚ ਨਹੀਂ ਹੈਗੀ ਕਿ ਤੁਹਾਨੂੰ ਇੰਨਾ ਹੀ ਦੇਣਾ ਤੇ ਇਹੋ ਕੁਛ ਤੁਹਾਨੂੰ ਮਿਲਣਾ ਹੀ ਮਿਲਣਾ ਵਾ, ਮਤਲਬ ਜੋ ਚ ਕਿਸੇ ਦੀ ਇੱਛਾ ਵਾ ਉਹ ਲੈ ਲਵੇ। ਤੇ ਰੇਟ ਕੀ ਰੱਖਿਆ ਹੋਇਆ ਜੇ ਖੀਰ ਪੂੜੇ ਦੀ ਗੱਲ ਕਰਾਂ ਜਾਂ ਦਾਲ ਸਬਜ਼ੀ ਦੀ ਰੋਟੀ ਦੀ ਗੱਲ? ਹਾਂ, ਜਦੋਂ ਖੀਰ ਪੂੜੇ ਦਾ ਮੈਂ ਵੇਖਿਆ ਕਿ ਬਾਹਰ ਬਾਜ਼ਾਰ ਵਿੱਚ ਕਿਸ ਭਾਅ ਵਿਕ ਰਹੇ ਆ, ਤੇ ਉੱਥੇ ਪਤਾ ਲੱਗਾ ਕਿ ਉਹ 50 ਰੁਪਏ ਦੇ ਪਾ ਦਿੰਦੇ ਆ, ਤੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਪਾ 'ਚ ਕਿੰਨੇ ਚੜ੍ਹਦੇ? ਉਹਨੇ ਕਿਹਾ 5 ਪੂੜੇ ਚੜ੍ਹਦੇ ਆ। ਕਹਿਣ ਦਾ ਮਤਲਬ ਕਿ 10 ਰੁਪਏ ਤੱਕ ਪੂੜਾ ਹੋ ਗਿਆ। ਅਤੇ ਹੁਣ ਮੈਂ ਜਦੋਂ ਨਾਲ ਖੀਰ ਵੀ ਦਿੰਦਾ ਵਾਂ, ਖੀਰ ਵੀ ਘਰੋਂ ਖਾਲਿਸ ਦੁੱਧ ਹੀ, ਮਤਲਬ ਆਪਣੇ ਡੰਗਰ ਨੇ ਸਾਡੇ ਚਾਚੇ ਤਾਇਆਂ ਦੇ, ਉਹਨਾਂ ਕੋਲ ਲੈਂਦੇ ਹਾਂ ਕੋਈ ਮਿਲਾਵਟ ਵਾਲਾ ਦੁੱਧ ਨਹੀਂ, ਅਤੇ ਮੈਂ ਫਿਰ ਉਹਦਾ ਮਤਲਬ 20 ਰੁਪਏ ਰੇਟ ਕਰਤਾ ਕਿ ਪੂੜੇ ਦੇ ਨਾਲ ਅਗਰ ਖੀਰ ਲੈਣੀ ਆ ਤਾਂ 20 ਰੁਪਏ ਦਾ ਪੂੜਾ ਮਿਲੂਗਾ, 3 ਪੂੜਿਆਂ ਦੀ ਪਲੇਟ ਦਿੰਦਾ ਵਾਂ, ਜੇ ਕਹਿੰਦੇ 2 ਵੀ ਖਾਣੇ ਉਹ ਵੀ ਖਾਲੇ, ਉਹਦੀ ਖੁਸ਼ੀ ਆ। ਅਤੇ ਮੈਂ ਇੱਕ ਚੀਜ਼ ਹੋਰ ਦੇਖੀ ਆ, ਖੀਰ ਤੁਸੀਂ ਬਣਾ ਕੇ ਲਿਆਉਂਦੇ ਹੋ ਤਾਂ ਗਾਹਕ ਤੁਹਾਡੇ ਕੋਲ ਆ ਕੇ ਪੁੱਛਦਾ ਹੈ ਕਿ ਕਿੰਨਾ ਮਿੱਠਾ ਪਾਇਆ ਘੱਟ ਪਾਇਆ, ਕਿਉਂਕਿ ਅੱਜ ਕੱਲ੍ਹ ਸ਼ੂਗਰ ਦਾ ਬੜਾ ਜੋਗਣਾ ਅਤੇ ਲੋਕ ਘੱਟ ਮਿੱਠਾ ਖਾਂਦੇ ਆ, ਪਰ ਮੈਂ ਤੁਹਾਡਾ ਤਰੀਕਾ ਦੇਖਿਆ ਕਿ ਤੁਸੀਂ ਗਾਹਕ ਨੂੰ ਕਹਿ ਰਹੇ ਹੋ ਕਿ ਜਿੰਨਾ ਤੁਸੀਂ ਮਿੱਠਾ ਖਾਣਾ ਮੈਂ ਉਨਾ ਪਾ ਦੇਣਾ ਵਿੱਚ। ਹਾਂਜੀ, ਉਹ ਇਸ ਕਰਕੇ ਇੱਕ ਤਾਂ ਜਿਵੇਂ ਮੈਨੂੰ ਦੱਸ ਦਿੱਤਾ ਕਿ ਸ਼ੂਗਰ ਬਹੁਤ ਲੋਕਾਂ 'ਚ ਫੈਲ ਰਹੀ ਆ, ਅਤੇ ਉਹਨੂੰ ਵੀ ਜਿੱਦਾਂ ਹੱਲ ਕਰਨ ਦੇ ਵਿੱਚ ਖੰਡ ਮੈਂ ਚੀਨੀ ਬਿਲਕੁਲ ਵਰਤਣਾ ਨਹੀਂ ਕਰਦਾ, ਖੰਡ ਦੀ ਬਿਲਕੁਲ ਵਰਤੋਂ ਨਹੀਂ ਹੁੰਦੀ। ਇੱਥੇ ਖੀਰ ਦੇ ਵਿੱਚ ਮੈਂ ਸ਼ੱਕਰ ਪਾ ਕੇ ਦਿੰਦਾ, ਸ਼ੱਕਰ ਮੈਂ ਵੱਖਰੇ ਰੱਖੀ ਹੋਈ ਆ, ਜਿੰਨਾ ਕਿਸੇ ਨੇ ਮਿੱਠਾ ਕਰਨਾ। ਹੁਣ ਤੁਸੀਂ ਵੇਖ ਲਿਆ, ਇਹਨਾਂ ਨੇ ਕਿਹਾ ਸੀ ਪਹਿਲਾਂ ਕਿ ਮਿੱਠਾ ਨਹੀਂ ਹੈ, ਅਸੀਂ ਸਾਨੂੰ ਚਾਹੀਦਾ ਘੱਟ ਪਾਇਓ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਗੁੜ ਦੀ ਸ਼ੱਕਰ ਆ, ਤਾਂ ਫਿਰ ਉਹਨਾਂ ਕੋਈ ਇਤਰਾਜ਼ ਨਹੀਂ ਕੀਤਾ ਫਿਰ ਜਿੰਨਾ। ਅਤੇ ਇਹ ਤੁਸੀਂ ਖਾ ਕੇ ਜਾਓ, ਤੁਹਾਨੂੰ ਪਤਾ ਲੱਗੂਗਾ ਕਿ ਕਿੰਨਾ ਵਧੀਆ ਟੈਕਸਚਰ ਆ ਅਤੇ ਸ਼ੱਕਰ ਦਾ ਕਿੰਨਾ ਮਜ਼ਾ ਆਉਂਦਾ ਖਾਣ ਦਾ ਖੀਰ ਦਾ। ਮਤਲਬ ਮੈਂ ਫੀਡਬੈਕ ਇੱਥੋਂ ਲੈਂਦਾ ਰਹਿੰਦਾ ਆਪਣੇ ਕਸਟਮਰ ਦੇ, ਉਹਨਾਂ ਮੈਨੂੰ ਆਪਣੇ ਆਪ ਸਲਾਉਣ ਦੀ ਗੱਲ ਨਹੀਂ ਮੈਂ ਕਰ ਰਿਹਾ, ਪਰ ਇਹ ਸੱਚੀ ਗੱਲ ਹੈ ਕਿ ਉਹ ਸਾਰਿਆਂ ਨੇ ਕਿਹਾ ਕਿ ਇਹਦੇ ਨਾਲ ਦਾ ਸਵਾਦ ਸਾਨੂੰ ਕਿਤੇ ਖੀਰ ਦਾ ਮਿਲਿਆ। ਇੱਕ ਚੀਜ਼ ਹੋਰ ਮੈਂ ਦੇਖੀ ਆ, ਤੁਸੀਂ ਦਾਲ ਵੀ ਰੱਖੀ ਹੋਈ ਆ ਵਿੱਚ ਲਈ, ਸਰੋਂ ਦਾ ਤੇਲ ਵੀ ਰੱਖਿਆ ਹੋਇਆ, ਇਹ ਵੀ ਫਿਰ ਤੁਸੀਂ ਆਪਣਾ ਹੀ ਘਰੇ ਬੀਜ ਕੇ ਸਰੋਂ ਅਤੇ ਆਪਣੇ ਕਢਵਾਉਂਦੇ ਹੋ ਤੇਲ? ਸਰੋਂ ਦੇ ਵੀ ਜਦੋਂ ਤੋਂ ਮੈਂ ਆਪਣਾ ਗੁੜ ਸ਼ੱਕਰ ਦਾ ਕੰਮ ਕਰ ਰਿਹਾ ਵਾਂ, ਉਦੋਂ ਤੋਂ ਨਾਲ ਨਾਲ ਇਹ ਸਰੋਂ ਦਾ ਤੇਲ ਵੀ ਮਾਰਕੀਟਿੰਗ ਕਰਦਿਆਂ ਰਿਹਾ ਮੈਂ ਨਾਲ। ਜਿੱਦਾਂ ਮੈਂ ਦੱਸਿਆ ਕਿ ਫੇਸਬੁੱਕ 'ਤੇ ਮੈਂ ਐਡ ਪਾ ਦੇਣਾ ਸੀ, ਇਹ ਖਾਲਸ ਸਰੋਂ ਦਾ ਤੇਲ ਆ, ਇਹਦੇ 1% ਵੀ ਕਿਸੇ ਚੀਜ਼ ਦੀ ਮਿਲਾਵਟ ਨਹੀਂ ਹੈਗੀ, ਜਦਕਿ ਸਰਕਾਰੀ ਨੋਮਸ ਦੇ ਵਿੱਚ ਕਿਹਾ ਗਿਆ ਸਰਕਾਰ ਵੱਲੋਂ ਕਿ ਕੁਛ ਹੱਦ ਤੱਕ, ਪਤਾ ਨਹੀਂ ਕਿੰਨੇ ਪਰਸੈਂਟ, ਜਾਂ 10 ਜਾਂ 15 ਜਾਂ 15 ਕਿੰਨੇ ਆ, ਕਿ ਤੁਸੀਂ ਉਹ ਮਿਲਾਵਟ, ਉਹਨਾਂ ਨੂੰ ਮਿਲਾਵਟ ਕਰਨੀ ਜਾਇਜ਼ ਆ, ਪਰ ਮੈਂ ਇਹਦੇ ਵਿੱਚ 5-10 ਕੀ 1-2% ਵੀ ਮਿਲਾਵਟ ਨਹੀਂ ਕਰਦਾ, ਇਹ ਸ਼ੁੱਧ ਸਰੋਂ ਦਾ ਤੇਲ ਆ ਆਪਣੇ ਐਕਸਪੈਰੀਮੈਂਟ। ਰੇਟ ਫਿਰ ਮਾਰਕੀਟ ਵਾਲੇ ਰੱਖੇ ਹੋਏ? ਨਹੀਂ ਜੀ, ਮਾਰਕੀਟ ਤੋਂ ਮੈਂ ਰੇਟ ਮਾਰਕੀਟ ਵਾਲਾ ਕਿਉਂ ਰੱਖੂੰਗਾ, ਉਹ ਤੋਂ ਮੈਂ ਰੇਟ ਵੱਧ ਲਊਂਗਾ, ਕਿਉਂਕਿ ਉਹਨਾਂ ਨੂੰ ਸਸਤਾ ਪੈ ਰਿਹਾ ਵਾ, ਉਹ ਵਿੱਚ ਮਿਲਾਵਟ ਕਰਕੇ ਸਸਤਾ ਵੇਚ ਰਿਹਾ, ਮੇਰਾ ਖਾਲਸ ਹੈਗਾ ਅਤੇ ਸਿਹਤ ਨਾਲ ਕੋਈ ਇਹਦਾ ਉਹ ਚੀਜ਼ ਨਹੀਂ ਹੈਗੀ ਕਿਸੇ ਨੂੰ ਖਰਾਬ ਕਰੂਗਾ। ਮੈਂ ਇਹਦਾ ਰੇਟ ਮਾਰਕੀਟ 'ਚ ਵੈਸੇ 130-140 ਮਿਲਦਾ ਹੋਊਗਾ, ਮੈਨੂੰ ਪਤਾ ਨਹੀਂ ਪਰ ਲੱਗਦਾ ਕਿ ਇੰਨਾ ਕੀ ਹੋਊਗਾ, ਅਤੇ ਮੈਂ ਇਹਦਾ 170 ਰੁਪਏ ਲੀਟਰ ਰੇਟ ਰੱਖਿਆ ਹੋਇਆ। ਪਰ ਖਾਲਸ ਆ, ਪਿਓਰ ਆ, ਅਤੇ ਪਿਓਰ ਦੇ ਨਾਂ ਦੇ ਉੱਤੇ ਲੋਕ ਪੈਸੇ ਵੀ ਵੱਧ ਖਰਚਣ ਨੂੰ ਤਿਆਰ ਹੋ ਜਾਂਦੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਕਿ ਸਾਨੂੰ ਚੀਜ਼ ਪਿਓਰ ਮਿਲਣੀ ਆ, ਸਾਡੀ ਸਿਹਤ ਨੂੰ ਲਾਹੇਵੰਦ ਆ, ਨੁਕਸਾਨ ਦੇ ਨਹੀਂ, ਤਾਂ ਉਹ ਪੈਸੇ ਵੀ ਵੱਧ ਖਰਚਦੇ। ਬਿਲਕੁਲ ਪੈਸੇ ਵੱਧ ਖਰਚਦੇ ਆ ਜੀ। ਮੈਨੂੰ ਅੱਜ ਚੇਤਾ ਭੁੱਲ ਗਿਆ ਲਿਆਉਣ ਦਾ, ਮੇਰਾ 5 ਲੀਟਰ ਦਾ ਇੱਕ ਮਹਿਰਾ ਪ੍ਰਿੰਟਿੰਗ ਪ੍ਰੈਸ ਆ, ਤੁਸੀਂ ਜਾਣਦੇ ਹੋਗੇ ਇੱਥੇ ਬਟਾਲੇ ਦੇ ਵਿੱਚ, ਉਹ ਮੇਰੇ ਰੈਗੂਲਰ ਕਸਟਮਰ ਨੇ, ਉਹਨਾਂ ਜਦੋਂ ਖੜਨਾ ਨਾ 5 ਲੀਟਰ ਤੋਂ ਘੱਟ ਨਹੀਂ ਖੜਨਾ, ਅਤੇ 4th-5th ਯਾਰ ਮੇਰਾ ਅੱਜ ਉਹਨਾਂ ਨੂੰ ਡਿਲੀਵਰ ਹੋਣਾ ਸੀ, ਅਤੇ ਮੇਰੇ ਕੋਲ ਅੱਜ ਚੇਤਾ ਭੁੱਲ ਗਿਆ ਗਲੀ ਦੇ ਵਿੱਚ, ਮੈਂ ਕਿਉਂਕਿ 1 ਹਫ਼ਤਾ ਨਹੀਂ ਆਇਆ, ਅੱਜ ਮੈਂ ਆਇਆ ਸੋਮਵਾਰ, ਅਤੇ ਇਸ ਤਰ੍ਹਾਂ ਮੇਰੇ ਗਾਹਕ ਪਰਮਾਨੈਂਟ ਜੁੜੇ ਹੋਏ ਆ, ਜਿਹੜੇ ਕਿ ਜ਼ਿਆਦਾ ਤੋਂ ਲੋਟ ਵਿੱਚ ਲੈ ਜਾਂਦੇ ਆ ਡਿਮਾਂਡ 'ਤੇ। ਹਾਂਜੀ, ਮੇਰੇ ਹਿਸਾਬ ਨਾਲ ਜਿਹੜਾ ਸਮਾਨ ਤੁਸੀਂ ਆਪਣੇ ਖੇਤਾਂ 'ਚ ਬੀਜਦੇ ਹੋ ਖੁਦ, ਉਹੀ ਲਿਆ ਕੇ ਇੱਥੇ ਖੁਦ ਤਿਆਰ ਕਰਕੇ ਬੀਜ? ਹਾਂਜੀ, ਜੋ ਕੁਛ ਵੀ ਮੇਰੇ ਖੇਤਾਂ 'ਚ ਪ੍ਰੋਡਿਊਸ ਹੁੰਦਾ ਵਾ, ਮੇਰੀ ਕੋਸ਼ਿਸ਼ ਆ ਕਿ ਮੈਂ ਉਹ ਇੱਥੇ ਲਿਆਵਾਂ, ਅਤੇ ਉਹਨੂੰ ਵੀ ਮਤਲਬ ਕਿ ਇੱਦਾਂ ਨਹੀਂ ਕਿ ਉਹਨੂੰ ਬਹੁਤੀਆਂ ਖਾਦਾਂ ਦਵਾਈਆਂ ਪਾ ਕੇ ਜਾਂ ਵੱਧ ਝਾੜ ਲੈਣ ਦੇ ਲਾਲਚ ਵਿੱਚ ਮੈਂ ਤਿਆਰ ਕਰਾਂ, ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈਗਾ ਮੇਰੇ ਕੋਲ। ਤੁਸੀਂ ਬੇਸ਼ੱਕ ਮੇਰੇ ਫਾਰਮ 'ਤੇ ਆਓ, ਅਤੇ ਮੇਰੇ ਕੋਲ ਦੇਸੀ ਕਣਕ ਦਾ ਬੀਜ ਵੀ ਹੈਗਾ, ਮੈਂ ਦੇਸੀ ਕਣਕ ਵੀ ਬੀਜਦਾ ਵਾਂ, ਉਹ ਵੀ ਆਪਣੇ ਕਸਟਮਰ ਜਿਹਨੂੰ ਲੱਗੇ ਉਹ ਲੈ ਕੇ ਜਾਂਦੇ, ਸੋਨਾ ਮੋਤੀ ਉਹਦਾ ਨਾਂ ਆ। ਅਤੇ ਜੇ ਦਾਲਾਂ ਵਾਂ, ਅਤੇ ਦਾਲਾਂ ਜਦੋਂ ਜਿੰਨੀਆਂ ਪੱਕ ਜਾਂਦੀਆਂ ਵਾਂ ਆਪਾਂ ਇਹਨੂੰ ਉੱਦਾਂ ਹੀ ਵੱਢ ਦਿੰਦੇ ਹਾਂ, ਇਹਦੇ ਵਿੱਚ ਕੋਈ ਇਹੋ ਜਿਹੀ ਸਪਰੇਅ ਨਹੀਂ ਕੀਤੀ ਜਾਂਦੀ ਜਿਹਦੇ ਨਾਲ ਕਿ ਕਈ ਵਾਰ ਹੁੰਦਾ ਤੁਸੀਂ ਵੇਖਣਾ ਕਿ ਫਸਲ ਨੂੰ ਛੇਤੀ ਪਕਾਉਣ ਦੇ ਲਈ ਜਦੋਂ ਅੱਧੀ ਪੱਕੀ ਫਸਲ ਹੋਏ ਉਹ ਸਪਰੇਅ ਮਾਰ ਦਿੰਦੇ ਉਹ ਸਾਰੀ ਪੱਕ ਜਾਂਦੀ ਆ। ਇਸ ਤਰ੍ਹਾਂ ਦਾ ਕੋਈ 1% ਵੀ ਕੋਈ ਇਹੋ ਜਿਹੀ ਮਤਲਬ ਨਾ ਮੈਂ ਸਪਰੇਅ ਕੀਤੀ ਆ, ਇਹ ਮਤਲਬ ਆਪਣੀ ਸੋਚ ਰੱਖੀ ਆ ਅਤੇ ਸਦਾ ਹੀ ਇਹ ਸੋਚ ਬਣਾ ਕੇ ਰੱਖਣੀ ਆ ਕਿ ਜੋ ਕੁਛ ਵੀ ਇੱਥੇ ਦੇਵਾਂਗਾ ਮਤਲਬ ਅੱਖ 'ਚ ਅੱਖ ਪਾ ਕੇ ਕਸਟਮਰ 'ਤੇ ਦੇਵਾਂਗਾ ਵੀ ਤੁਹਾਨੂੰ ਪਿਓਰ ਮਿਲੂਗਾ, ਅਗਲਾ
ਮਤਲਬ ਪੱਕਾ ਕਸਟਮਰ ਬਣੂਗਾ। ਇੱਕ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ, ਵੈਸੇ ਮੇਰਾ ਪੁੱਛਣ ਨੂੰ ਜੀ ਨਹੀਂ ਕਰ ਰਿਹਾ ਪਰ ਪੁੱਛਣਾ ਵੀ ਲਾਜ਼ਮੀ ਆ ਕਿਉਂਕਿ ਕਿਸਾਨਾਂ ਤੱਕ ਇਹ ਗੱਲ ਜਾਣੀ ਚਾਹੀਦੀ ਆ। ਜਿਹੜੇ ਕਿਸਾਨ ਕਹਿੰਦੇ ਆ ਕਿ ਖੇਤੀ ਧੰਦਾ ਲਾਹੇਵੰਦ ਨਹੀਂ ਰਿਹਾ ਜਾਂ ਅਸੀਂ ਕਰਜ਼ਾਈ ਹੋ ਗਏ ਹਾਂ ਜਾਂ ਸਾਡੇ ਕੋਲ ਇੰਨੀ ਆਮਦਨ ਨਹੀਂ ਹੈਗੀ, ਉਹਨਾਂ ਤੱਕ ਇਹ ਸਵਾਲ ਜ਼ਰੂਰੀ ਹੈ ਪੁੱਛਣਾ। ਲੋਕ ਕਹਿੰਦੇ ਆ ਕਿ ਆਹ ਕਿਹੜਾ ਕੰਮ ਕਰ ਲਿਆ ਯਾਰ, ਸ਼ਰਮ ਨਹੀਂ ਆਉਂਦੀ ਤੈਨੂੰ, ਚੰਗਾ ਭਲਾ ਜ਼ਿਮੀਂਦਾਰ ਹੈ ਤੂੰ। ਮੇਰਾ ਵੀ ਸਵਾਲ ਇਹੀ ਹੈ ਤੁਹਾਨੂੰ ਕਿ ਕਿਸੇ ਨੇ ਕਦੀ ਅੱਜ ਤੱਕ ਇਹ ਕਿਹਾ ਵੀ ਵੀਰਪਾਲ ਜੀ ਆਹ ਕੀ ਕਰ ਲਿਆ? ਜੇ ਤਾਂ ਵੇਖੋ ਘਰ ਬੈਠੇ ਨੂੰ ਕੋਈ ਰੋਟੀ ਦੇ ਸਕਦਾ ਵਾ ਅਤੇ ਮੈਂ ਸ਼ਰਮ ਰੱਖ ਲੈਂਦਾ ਵਾ, ਫਿਰ ਮੈਂ ਨਹੀਂ ਕਰਦਾ। ਅਤੇ ਜੇ ਮੈਨੂੰ ਰੋਟੀ ਨਹੀਂ ਦੇ ਸਕਦੇ ਫਿਰ ਮੈਨੂੰ ਸ਼ਰਮ ਕਰਨ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਅਸੀਂ ਆਪਣਾ ਹੀ ਖਾਣਾ ਆਪਣਾ ਕਰਾਂਗੇ ਅਤੇ ਆਪਣਾ ਖਾਵਾਂਗੇ। ਜੇ ਅਸੀਂ ਝੋਨੇ ਦਾ ਰੇਟ ਅਸੀਂ ਮੰਡੀ ਲੈ ਕੇ ਜਾਂਦੇ ਹਾਂ ਉੱਥੇ 2000 ਰੇਟ ਆ, ਜੇ ਉੱਥੇ 2000 ਤੋਂ ਘੱਟ ਲੱਗ ਜਾਂਦਾ ਜਾਂ 30 ਰੁਪਈਏ ਘੱਟ ਲੱਗ ਜਾਂਦਾ ਜਾਂ 20 ਘੱਟ ਲੱਗ ਜਾਂਦਾ, ਅਸੀਂ ਉੱਥੇ ਆੜਤੀ ਨਾਲ 10-10 ਰੁਪਈਏ ਬਦਲੇ ਲੜਦੇ ਹਾਂ ਵੀ ਸਾਡਾ ਤੂੰ 10 ਰੁਪਈਏ ਰੇਟ ਕਿਉਂ ਲਾ, ਘੱਟ ਲਾਇਆ ਇਹਨੂੰ, 10-20 ਕਰ ਪੂਰੇ ਕਰ। ਇੱਥੇ ਤਾਂ ਮੈਂ ਦੁੱਗਣਾ ਤਿਗਣਾ ਵੱਧ ਲੈਣ ਡਿਆ ਵਾਂ, ਮੈਂ ਕਿਉਂ ਫਿਰ ਸ਼ਰਮ ਕਰਾਂ? ਮੈਨੂੰ ਕੀ ਲੋੜ ਹੈ ਸ਼ਰਮ ਕਰਨ ਦੀ? ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਖੁਦ ਇਸ ਚੀਜ਼ ਨੂੰ ਮਹਿਸੂਸ ਕਰ ਲੈਂਦੇ ਆ ਜਾਂ ਫਿਰ ਉਹਨਾਂ ਦੀ ਜਿਹੜੇ ਅੱਗੋਂ ਬੱਚੇ ਨੇ ਉਹੀ ਨਹੀਂ ਉਹਨਾਂ ਨੂੰ ਕਰਨ ਦਿੰਦੇ? ਇੱਥੇ ਜਦੋਂ ਮੈਂ ਸੈਟਅਪ ਲਾਉਂਦਾ ਵਾਂ ਨਾ, ਇਹ ਭਾਅ ਜੀ ਹੁਣੀ ਵੀ ਤੁਸੀਂ ਵੇਖੋ ਆਏ ਹੋਏ ਨੇ ਮੇਰੇ ਕੋਲ ਸਾਰਾ, ਹੈ ਨਾ, ਜਾਣਕਾਰੀ ਲੈਣ ਲਈ। ਇਹ ਸਾਡਾ ਇੱਕ ਗਰੁੱਪ ਆ ਜੀ, ਸਾਰੀ ਕਮਿਊਨਿਟੀ ਆ ਗੰਨੇ ਖੇਤੀ ਵਾਲਿਆਂ ਦੀ, ਅਤੇ ਇਹ ਵੀ ਉਹਦੇ ਨਾਲ ਜੁੜੇ ਹੋਏ ਆ। ਇਹ ਪੱਟੀ ਤੋਂ ਆਇਆ ਜੀ ਮੇਰਾ ਸਾਰਾ ਸੈਟਅਪ ਵੇਖਣ ਦੇ ਲਈ, ਅਤੇ ਤੁਹਾਡੇ ਤੋਂ ਪਹਿਲਾਂ ਇਹਨਾਂ ਨਾਲ ਗੱਲਾਂ ਬਾਤਾਂ ਹੋ ਰਹੀਆਂ ਸੀ, ਅਤੇ ਬਾਕੀ ਇਹਨਾਂ ਨਾਲ ਵਿਚਾਰ ਕਰਾਂਗੇ ਇਹਨਾਂ ਨੂੰ ਕਿੱਦਾਂ ਲੱਗਾ, ਇਹਨਾਂ ਨੇ ਮਤਲਬ ਕੀ ਇਹਨਾਂ ਨੂੰ ਹੋਰ ਵਧੀਆ ਲੱਗਾ, ਕਿਉਂਕਿ ਜਦੋਂ ਆਪਾਂ ਮੈਂ ਵੀ ਸਿੱਖ ਰਿਹਾ, ਮੈਂ ਵੀ ਕਿਤੇ ਜਾਊਂਗਾ ਤਾਂ ਸਿੱਖੂਗਾ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋਲ ਜਾਵਾਂਗੇ ਤਾਂ ਅਸੀਂ ਸਿੱਖਾਂਗੇ, ਭਾਵੇਂ ਥੋੜ੍ਹਾ ਸਿੱਖ ਕੇ ਆਈਏ, ਮੁਕੰਮਲ ਕੋਈ ਨਹੀਂ ਹੁੰਦਾ। ਤਾਂ ਇਸ ਕਰਕੇ ਅਤੇ ਬਾਕੀ ਮੈਂ ਕਹਿਣ ਲੱਗਾ ਸੀ ਕਿ ਇੱਥੇ ਸਿਆਣੇ ਪੜ੍ਹੇ ਲਿਖੇ ਲੋਕ, ਹਰ ਇੱਕ ਨਾ ਇੱਕ ਵੱਖਰੀ ਕੈਟੇਗਰੀ ਹੁੰਦੀ ਹੈ, ਕੁਝ ਲੋਕ ਜਿਨ੍ਹਾਂ ਨੇ ਜਿੱਥੋਂ ਮੱਛੀ ਕਹਿੰਦੇ ਪੱਥਰ ਚੱਟ ਕੇ ਆਈ ਉਹਨਾਂ ਉਹ ਵੇਖਿਆ, ਉਹਨਾਂ ਬਾਹਰ ਵੀ ਵੇਖਿਆ ਵੀ ਬਾਹਰ ਕੀ ਬੱਚੇ ਕਰਦੇ ਆ, ਉਹ ਮੇਰੇ ਕੋਲ ਕਈ ਆਉਂਦੇ ਆ ਜਿਹੜੇ ਬਾਹਰ ਵੀ ਹੋ ਗਏ ਇੱਥੇ ਰਹਿ ਰਹਿ ਕੇ ਨਾ, ਇੱਕ ਤਾਂ ਮੈਨੂੰ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਆਉਂਦੇ ਵੀ ਬਹੁਤ ਸੋਹਣੇ, ਇੱਕ ਤਾਂ ਸਿਫਤ ਕਰਕੇ ਜਾਂਦੇ, ਵਧਾਈ ਦਿੰਦੇ ਵੀ ਤੂੰ ਬਹੁਤ ਸੋਹਣਾ ਕਰ ਰਿਹਾ, ਨਾਲ ਇਹ ਵੀ ਕਹਿੰਦੇ ਕਿ ਸਾਡੇ ਬੱਚੇ ਕਿਤੇ ਇਹ ਕਰ ਲੈਣ ਅਤੇ ਸਾਨੂੰ ਬਾਹਰ ਚੱਲ ਚਲੀ ਲੱਖ ਲਾਉਣ ਦੀ ਲੋੜ ਹੀ ਨਾ ਪਵੇ। ਅਤੇ ਮਤਲਬ ਮੈਨੂੰ ਡੇਲੀ ਇੱਕ ਦੋ ਜਾਣੇ ਇਸ ਤਰ੍ਹਾਂ ਦੇ ਮਿਲਦੇ ਆ ਜਿਹੜੇ ਇਸ ਕੰਮ ਦੀ ਸ਼ਲਾਘਾ ਕਰਕੇ ਜਾਂਦੇ ਆ ਅਤੇ ਨਾਲੇ ਗੱਲਾਂ ਬਾਤਾਂ ਕਰਕੇ ਜਾਂਦੇ ਆ। ਅਤੇ ਜਿਹੜਾ ਤੁਸੀਂ ਮੈਸੇਜ ਕਿਹਾ ਉਹ ਮੈਸੇਜ ਮੈਨੂੰ ਇਹੋ ਹੀ ਆ, ਕਿਉਂਕਿ ਵੇਖੋ ਮੇਰਾ ਸੈਟਅਪ ਕਈ ਵਾਰ ਡੱਕ ਡੱਕ ਕੇ ਨਾ, ਇੱਕ ਵਾਰ ਦੀ ਮੈਨੂੰ ਚੇਤਾ ਕਿ ਦੋ ਤੁਹਾਡੇ ਵਾਂਗੂ ਯੰਗ ਕਾਰਪੋਰੇਟ ਸੈਕਟਰ 'ਚ ਜੋਬ ਕਰਦੇ ਸੀ, ਬੈਂਕਿੰਗ ਸੀ, ਉਹਨਾਂ ਮੈਨੂੰ ਖਿਲਾਰਿਆ, ਮੈਂ ਪੁੱਛਿਆ ਕਿ ਦੱਸੋ ਕੀ ਗੱਲ, ਆਉਂਦੇ ਤੁਹਾਡਾ ਸੈਟਅਪ ਵੇਖਣਾ, ਮੈਂ ਚੇਚਾ ਟਰੈਕਟਰ ਸਾਈਡ 'ਤੇ ਕਰਕੇ ਸਾਰਾ ਖੋਲ੍ਹ ਕੇ ਉਹਨਾਂ ਨੂੰ ਵਿਖਾਇਆ, ਵਧੀਆ ਲੱਗਾ। ਮੈਂ ਪੁੱਛਿਆ ਮੈਂ ਕੀ ਕਰਦੇ, ਆਉਂਦੇ ਅਸੀਂ ਬੈਂਕਿੰਗ ਲਾਈਨ 'ਚਾਂ, ਅਤੇ ਆਉਂਦੇ ਯਾਰ ਅਸੀਂ ਵੀ ਕਰਨਾ ਵਾ, ਮਤਲਬ ਬਹੁਤ ਪ੍ਰੈਸ਼ਰ ਆ। ਹੁਣ ਵੇਖੋ ਕਰਦੇ ਕਿਉਂ ਨਹੀਂ ਆ, ਹੁਣ ਮੇਰਾ ਮੈਂ ਆਪਣੇ ਆਪ ਨੂੰ ਸਫਲ ਸਮਝੂੰਗਾ ਜੇ ਮੇਰੇ ਇਸ ਰੀਸੇ ਵੇਖ ਕੇ ਕੋਈ ਕਰਨ ਲੱਗ ਜੇ, ਅਤੇ ਨਾਲ ਹੀ ਨਾਲ ਮੇਰਾ ਸਰਕਾਰਾਂ ਤੱਕ ਵੀ ਇਹ ਸੁਨੇਹਾ ਵਾ ਕਿ ਜਿੱਦਾਂ ਅਸੀਂ ਕੰਮ ਕਰ ਰਹੇ ਹਾਂ, ਬੇਸ਼ੱਕ ਸਾਨੂੰ ਕੋਈ ਵਿੱਤੀ ਸਹਾਇਤਾ ਨਾ ਦਿਓ ਪਰ ਸਾਨੂੰ ਕੁਛ ਨਾ ਕੁਛ ਐਜ਼ ਏ ਮੋਮੈਂਟਮ, ਐਜ਼ ਏ ਕਿਤੇ ਰਿਕੋਗਨਾਈਜ਼ ਤਾਂ ਕਰੋ ਸਾਨੂੰ, ਕਿਉਂਕਿ ਸਾਡਾ ਮੈਸੇਜ ਸਮਾਜ ਵਿੱਚ ਜਾਵੇ, ਸਾਡਾ ਹੁਣ ਦੇਸ਼ ਨੂੰ ਸਟੇਜਾਂ ਤੇ ਚੜ੍ਹ ਕੇ ਆਪਾਂ ਕਹਿ ਦਿੰਦੇ ਹਾਂ ਜੀ ਆਹ ਸਰਕਾਰਾਂ ਕਹਿੰਦੀਆਂ ਵੀ ਆ ਸਟੇਜਾਂ ਤੋਂ ਕਿ ਕਿਸਾਨ ਖੇਤੀ ਦੇ ਨਾਲ ਨਾਲ ਕੋਈ ਹੋਰ ਵੀ ਲਾਹੇਵੰਦ ਧੰਦਾ ਅਪਣਾਉਣ ਜਿਹਦੇ ਨਾਲ ਆਪਣਾ ਰੁਜ਼ਗਾਰ ਚਲਾ ਸਕਣ, ਆਪਣਾ ਪਰਿਵਾਰ ਪਾਲ ਸਕਣ। ਬਿਲਕੁਲ ਸਰਕਾਰਾਂ ਕਹਿੰਦੀਆਂ ਨੇ, ਪਰ ਸਰਕਾਰਾਂ ਇੱਕ ਲਾਈਵ ਐਗਜ਼ਾਮਪਲ ਦੇਣ, ਕਹਿਣ ਨੂੰ ਹੋਰ ਚੀਜ਼ਾਂ, ਜ਼ਮੀਨੀ ਪੱਧਰ 'ਤੇ ਹੋਰ ਚੀਜ਼ਾਂ। ਹੁਣ ਮੈਂ ਤਾਂ ਇਹ ਸੋਚਦਾ ਕਿ ਮੇਰੇ ਵੱਲ ਵੇਖ ਕੇ ਇੱਕ ਧੌਣ 'ਚ ਕਿੱਲਾ ਬੜਾ ਜਿਹੜਾ ਉਹ ਕੱਢ ਲੈਣ ਨਾ ਕਿਤੇ, ਅਤੇ ਮੈਂ ਦੇਣਾ ਉਹ ਮੈਂ ਕਾਮਯਾਬ ਆ ਫਿਰ ਇਸ ਜਿਹੜੇ ਧੌਣ 'ਚ ਜੱਟਾਂ ਦੇ ਕਿੱਲਾ, ਉਹ ਕਿੱਲਾ ਕੱਢ ਲਓ ਅਤੇ ਕੋਈ ਗੱਲ ਨਹੀਂ ਫਿਰ ਸਫਲ ਹੀ ਆ। ਅਤੇ ਇਸੇ ਕਰਕੇ ਮੈਂ ਨਾ ਕਿ ਸਰਕਾਰਾਂ ਜੋ ਮੈਂ ਕੋਈ ਚਾਰ ਸ਼ਬਦ ਜੇ ਸਟੇਜ 'ਤੇ ਜਾ ਕੇ ਦੱਸ ਸਕਾਂ ਅਤੇ ਉਹ ਮੈਂ ਆਪਣੇ ਆਪ ਨੂੰ ਕਾਮਯਾਬੀ ਆਪਣੀ ਗਿਣੂੰਗਾ ਕਿ ਉਹਦੇ ਕਰਕੇ ਜੇ ਹੋਰ ਲੋਕ ਵੀ ਕਰ ਸਕਣ। ਅਤੇ ਵੀਰਪਾਲ ਸਿੰਘ ਜੀ ਦੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਜਿਹੜਾ ਧੌਣ 'ਚ ਕਿੱਲਾ ਹੁੰਦਾ ਨਾ, ਆਕੜ ਦਾ, ਹੰਕਾਰ ਦਾ, ਉਹ ਜ਼ਰੂਰ ਆਪਣੀ ਧੌਣ 'ਚੋਂ ਕੱਢਣਾ ਚਾਹੀਦਾ ਹੈ, ਕਿਉਂਕਿ ਕਿਸੇ ਨੇ ਤੁਹਾਨੂੰ ਆ ਕੇ ਘਰੇ ਰੋਟੀ ਨਹੀਂ ਦੇਣੀ, ਕਿਸੇ ਨੇ ਤੁਹਾਡੀ ਮੁਸ਼ਕਿਲ ਵੇਲੇ ਬਾਂਹ ਨਹੀਂ ਫੜਨੀ, ਕਿਉਂਕਿ ਮੁਸ਼ਕਿਲ ਵੇਲੇ ਇਹੀ ਪਤਾ ਲੱਗਦਾ ਹੈ ਕਿ ਕੌਣ ਆਪਣਾ ਹੈ ਅਤੇ ਕੌਣ ਬੇਗਾਨਾ ਹੈ। ਲੇਕਿਨ ਜੋ ਤੁਸੀਂ ਖੁਦ ਕਮਾ ਲੈਣਾ ਹੈ, ਕਮਾ ਕੇ ਆਪਣੀ ਜੇਬ 'ਚ ਪੈਸਾ ਪਾ ਲੈਣਾ ਹੈ, ਉਹੀ ਤੁਹਾਡਾ ਆਪਣਾ ਹੈ ਅਤੇ ਉਹੀ ਤੁਹਾਡੇ ਮੁਸ਼ਕਿਲ ਵੇਲੇ ਕੰਮ ਆਉਣਾ ਹੈ। ਵੀਰਪਾਲ ਜੀ ਇੱਕ ਗੱਲ ਮੈਂ ਹੋਰ ਕਰਾਂਗਾ, ਥੋੜ੍ਹਾ ਜਿਹਾ ਆਪਣਾ ਸਮਾਨ ਤਾਂ ਦਿਖਾ ਦਿਓ ਸਾਨੂੰ, ਕਿਹੜੇ ਕਿਹੜੇ ਪੂੜੇ ਕਿੱਥੇ ਕਿੱਥੇ ਕਿਵੇਂ ਕਿਵੇਂ ਰੱਖੇ ਹੋਏ? ਪਹਿਲਾਂ ਆਪਣੇ ਘਰ ਦਾ ਖਾਣਾ ਵਾ ਜੀ, ਇਹਦੇ ਵਿੱਚ
ਪੋਟ ਬਾਕਸ ਸਪੈਸ਼ਲ ਬੈਂਗਣ ਦਾ ਭੱਠਾ, ਇਹ ਮੈਂ ਤਿਆਰ ਕਰਕੇ ਲਿਆਉਂਦਾ ਘਰੋਂ, ਹੈ ਨਾ। ਇਹ ਵੀ ਡੇਲੀ ਤਿਆਰ ਹੁੰਦਾ, ਜੋ ਵੀ ਚੀਜ਼ ਆ ਸਾਰੀ ਡੇਲੀ ਤਿਆਰ ਹੁੰਦੀ, ਕੋਈ ਵੀ ਮਤਲਬ ਪੁਰਾਣੀ ਨਹੀਂ ਹੈ। ਇਹ ਵੈਜ ਪਲਾਓ ਨੇ ਜੀ, ਹੈ ਸਬਜ਼ੀ ਨਾਲ ਵੀ ਖਾਣਾ ਚਾਹੇ ਜਿੱਦਾਂ ਖਾਣਾ ਚਾਹੇ, ਹੈ ਨਾ। ਫਿਰ ਇਹਦੇ ਵਿੱਚ ਚਪਾਤੀ ਨੇ, ਕਿਉਂਕਿ ਮੁੜਨ ਨਾ ਤਾਂ ਫਰੈਸ਼ ਰਹਿਣ, ਹੈ ਨਾ। ਫਿਰ ਅੱਗੇ ਮੇਰੇ ਕੋਲ ਆ ਗਈਆਂ ਦਾਲਾਂ ਅਤੇ ਜੋ ਸਬਜ਼ੀਆਂ ਕੀ ਆਪਣਾ ਸੋਰੀ ਕੜੀ ਆਪ ਕੋਲ ਵਾਲੀ ਕੜੀ ਆ, ਹੈ ਨਾ, ਉਹ ਚੀਜ਼ ਆ ਗਿਆ। ਇਹ ਫਿਰ ਗਰਮ ਕਰਕੇ ਨਾਲ ਨਾਲ ਜੇ ਕੋਈ ਕਵੇ, ਮੈਂ ਗਰਮ ਕਰਨ ਦਾ ਵੇਖੋ ਜੀ ਇੱਕ ਪ੍ਰੋਵੀਜ਼ਨ ਰੱਖਿਆ ਹੋਇਆ, ਮਤਲਬ ਇੱਕ ਮੈਂ ਰੱਖਿਆ ਹੋਇਆ ਕਿ ਗਰਮ ਕਰਕੇ ਜੇ ਕੋਈ ਮੰਗੇ ਤੈਨੂੰ ਗਰਮ ਕਰਕੇ ਮਤਲਬ ਉਹ ਲੈਣਾ ਚਾਹੇ ਤਾਂ ਮੈਂ ਗਰਮ ਕਰਕੇ ਦੇਵਾਂਗਾ, ਕਿਉਂਕਿ ਮੇਰੇ ਕੋਲ ਹੋਰ ਦੇਖੀ ਆ ਤੁਹਾਡੇ। ਮੈਂ ਇੱਕ ਚੀਜ਼ ਕਹੂੰਗਾ ਕਿ ਜਿੰਨਿਆਂ ਨੂੰ ਵੀ ਮੈਂ ਮੇਰੇ ਕੋਲ ਖਾ ਕੇ ਗਏ ਨੇ, ਭਾਵੇਂ ਇੱਥੇ ਬਹਿ ਕੇ ਖਾ ਕੇ ਗਏ, ਭਾਵੇਂ ਬਾਹਰ ਬਹਿ ਕੇ ਖਾ ਕੇ ਗਏ ਆ, ਮੈਂ ਉਹਨਾਂ ਨੂੰ ਪੁੱਛਦਾ ਕਿ ਤੁਹਾਨੂੰ ਕਿਹੋ ਜਿਹਾ ਲੱਗਾ ਖਾਣਾ, ਠੰਡਾ ਤਾਂ ਨਹੀਂ ਜਾਂ ਗਰਮ ਕਰਨਾ ਚਾਹੀਦਾ ਤੁਹਾਨੂੰ, ਫੁਲਕੇ ਠੰਡੇ ਤਾਂ ਨਹੀਂ ਲੱਗਦੇ, ਉਹਨਾਂ ਦੇ ਕਿਸੇ ਚੀਜ਼ ਦੀ ਲੋੜ ਨਹੀਂ, ਮਜ਼ਾ ਆ ਗਿਆ ਖਾ ਕੇ, ਜਿੱਦਾਂ ਦਾ ਵੀ ਹੈਗੇ ਬਹੁਤ ਵਧੀਆ, ਕੋਈ ਗੱਲ ਬਣਿਆ ਨਾ, ਘਰ ਦਾ ਬਣਿਆ, ਘਰ ਦਾ ਬਣਿਆ ਵਾ, ਘਰ ਨਾਲੋਂ ਸਾਨੂੰ ਵੱਧ ਸਵਾਦ ਆ ਗਿਆ। ਚਲੋ ਘਰ ਨਾਲ ਘਰ ਦੇ ਸਵਾਦ, ਮੈਂ ਕਿਉਂ ਆਖਾਂ ਕਿ ਇੰਨਾ ਜ਼ਿਆਦਾ ਹੋ ਗਿਆ। ਮੈਨੂੰ ਹੋਰ ਬੜੀ ਵਧੀਆ ਲੱਗੀ ਆ, ਬਿਜਲੀ ਦਾ ਕਨੈਕਸ਼ਨ ਕਿੱਥੋਂ ਆ, ਕੂਲਰ ਵੀ ਚੱਲ ਰਿਹਾ ਅੰਦਰ ਤੁਹਾਡੇ, ਸਾਰਾ ਕੁਝ ਸਿਸਟਮ ਤੁਸੀਂ ਬਿਜਲੀ ਨਾਲ ਚਲਾ ਰਹੇ ਹੋ, ਕਿਸ ਤਰ੍ਹਾਂ? ਕਿਉਂਕਿ ਗਰਮੀ ਹੋਣ ਕਰਕੇ ਇਹਦੇ ਵਿੱਚ ਹੁਣ ਤਪਸ਼ ਹੋ ਜਾਂਦੀ ਸੀ, ਅਤੇ ਇਹਦੇ ਵਿੱਚ ਫਿਰ ਮੈਂ ਕੀ ਕੀਤਾ ਹੋਇਆ ਕਿ ਇੱਕ 12 ਵੋਲਟ ਦਾ 3000 ਵਾਟ ਦਾ ਇੱਕ ਹੈਵੀ ਇਨਵਰਟਰ ਲਾਇਆ ਹੋਇਆ, ਇਹ ਸਾਰੀ ਉਹਦੀ ਹੀ ਬੈਕਅਪ ਨਾਲ ਚੱਲਦਾ, ਉਹਦੀ ਬੈਕਅਪ ਨਾਲ ਕੂਲਰ ਚੱਲਦਾ, ਉਹ ਰਾਤ ਨੂੰ ਮੈਂ ਚਾਰਜ ਕਰ ਲੈਂਦਾ, ਫੁੱਲ ਚਾਰਜ ਹੋ ਜਾਂਦਾ ਵਾ, ਅਤੇ ਸਵੇਰੇ ਸਾਰਾ ਦਿਨ ਚੱਲਦਾ ਰਹਿੰਦਾ। ਬਾਕੀ ਮੇਰੀ ਇੱਥੇ ਇੱਕ ਸ਼ੋਪਕੀਪਰ ਨਾਲ ਦੁਕਾਨ ਗੱਲ ਚੱਲਦੀ ਪਈ ਆ, ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਬਿਜਲੀ ਦਾ ਥੋੜ੍ਹਾ ਜਿਹਾ ਦੇ ਦਿਓ ਸਭ ਮੀਟਰ, ਅਤੇ ਉਹਨਾਂ ਮੈਨੂੰ ਕਿਹਾ ਕਿ ਹਾਂ ਤੁਹਾਨੂੰ ਮਿਲ ਜਾਏਗੀ, ਅਤੇ ਫਿਰ ਉਹ ਬਿਜਲੀ ਕਰਕੇ ਜਿਹੜਾ ਵਾ ਨਾ ਉਹ ਸਾਰਾ। ਟਾਈਮਿੰਗ ਕੀ ਰਹਿੰਦੀ ਤੁਹਾਡੀ ਇਸ ਕਾਰਡ? ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬਹੁਤ ਮਤਲਬ ਲੋਕਾਂ ਦੇ ਬ੍ਰੇਕਫਾਸਟ ਦੇ ਟਾਈਮ ਇੱਥੇ ਆ ਜਾਵਾਂ, ਪਰ ਇੰਨਾ ਖਾਣਾ ਤਿਆਰ ਕਰਨ ਦੇ ਵਿੱਚ, ਕਿਉਂਕਿ ਅਸੀਂ ਕੋਈ ਪਰਸਨ ਹਾਇਰ ਨਹੀਂ ਕੀਤਾ, ਮੈਂ ਅਤੇ ਮੇਰੀ ਘਰਵਾਲੀ, ਅਸੀਂ ਦੋਵੇਂ ਜਾਣੇ ਹੀ ਤਿਆਰ ਕਰਦੇ ਹਾਂ ਖਾਣਾ, ਮੈਂ ਉਹਦੀ ਹੈਲਪ ਕਰਦਾ ਜਿੰਨੀ ਹੋ ਸਕੇ, ਹੈ ਨਾ। ਅਤੇ ਕਈ ਵਾਰ ਤਾਂ 12 ਵੀ ਵੱਜ ਜਾਂਦੇ ਆ, ਪਰ ਮੈਂ ਕੋਸ਼ਿਸ਼ ਕਰਦਾ ਕਿ 11 ਤੋਂ ਪਹਿਲਾਂ ਆ ਜਾਵਾਂ, 10:30-11 ਵਜੇ ਤੱਕ ਮੈਂ ਪਹੁੰਚ ਜਾਣਾ ਇੱਥੇ। ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ, ਕਿਉਂਕਿ ਜੇ ਕੋਈ ਕੰਟੈਕਟ ਕਰਨਾ ਚਾਹੇ ਜਾਂ ਪੁੱਛਣਾ ਚਾਹੇ ਤੁਹਾਨੂੰ ਕਿ ਆਏ ਹੋ ਕਿ ਨਹੀਂ ਆਏ, ਤਾਂ ਉਹ ਪੁੱਛ ਸਕਦੇ। ਇਹ ਚਾਹੀਦਾ ਫੋਨ ਨੰਬਰ ਸ਼ੇਅਰ ਕਰਨਾ, ਕਿਉਂਕਿ ਕਈ ਵਾਰ ਮੈਂ ਲੇਟ ਹੋ ਜਾਣਾ, ਫਿਰ ਮੈਨੂੰ ਫੀਲਿੰਗ ਆਉਂਦੀ ਆ ਯਾਰ ਕੋਈ ਕਸਟਮਰ ਵੇਟ ਕਰਦਾ ਹੋਊਗਾ। ਮੇਰਾ ਨੰਬਰ ਹੈ ਜੀ 9870205009। ਜੀ ਬਿਲਕੁਲ, ਇਹ ਉਹ ਸਿਆਣੇ ਕਿਸਾਨ ਹਨ ਵੀਰਪਾਲ ਸਿੰਘ ਜੀ, ਜਿਨ੍ਹਾਂ ਨੇ ਆਪਣੀ ਖੇਤੀ ਦੇ ਧੰਦੇ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ, ਆਪਣੀ ਜੇਬ 'ਚ ਪੈਸੇ ਹੋਰ ਕਮਾ ਕੇ ਪਾਉਣ ਦੇ ਲਈ ਇਹ ਇੱਕ ਕਾਰਟ ਤਿਆਰ ਕੀਤੀ ਹੈ, ਜਿਹਦੇ ਵਿੱਚ ਇਹ ਸਮਾਨ ਵੇਚਦੇ ਹਨ, ਆਪਣੇ ਘਰ ਦਾ ਤਿਆਰ ਕੀਤਾ ਹੋਇਆ, ਅਤੇ ਸਮਾਨ ਉਹੀ ਵੇਚਦੇ ਹਨ ਜਿਹੜਾ ਖੁਦ ਇਹਨਾਂ ਨੇ ਆਪਣੀਆਂ ਪੈਲੀਆਂ 'ਚ ਬੀਜਿਆ ਹੁੰਦਾ ਹੈ, ਜਿਸ ਦੀ ਖੇਤੀ ਕੀਤੀ ਹੁੰਦੀ ਹੈ, ਅਤੇ ਇਹ ਸਾਰਾ ਕੰਸੈਪਟ ਇਹਨਾਂ ਵੱਲੋਂ ਤਿਆਰ ਕਰਕੇ ਇੱਥੇ ਚਲਾਇਆ ਜਾਂਦਾ ਹੈ। ਸੀਜ਼ਨਲ ਤੌਰ 'ਤੇ ਸਾਰਾ ਸਮਾਨ ਇੱਥੇ ਵੇਚਦੇ ਹਨ, ਘਰ ਦਾ ਸਰ੍ਹੋਂ ਦਾ ਤੇਲ ਖੁਦ ਕਢਾਇਆ ਹੋਇਆ ਉਹ ਵੇਚਦੇ ਹਨ, ਦਾਲਾਂ ਵੇਚਦੇ ਹਨ, ਸਬਜ਼ੀਆਂ, ਰੋਟੀ, ਚੌਲ ਅਤੇ ਨਾਲ ਦੇ ਨਾਲ ਖੀਰ ਪੂੜੇ ਵੇਚਦੇ ਹਨ, ਅਤੇ ਜਦੋਂ ਗੰਨੇ ਦਾ ਸੀਜ਼ਨ ਹੁੰਦਾ ਤਾਂ ਗੰਨੇ ਦਾ ਰਸ ਵੀ ਇੱਥੇ ਵੇਚਦੇ ਹਨ। ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਭਾਅ ਜੀ ਕਿੱਥੋਂ ਆਏ ਹੋ ਅਤੇ ਕੀ ਦੇਖਣ ਆਏ ਹੋ? ਭਾਅ ਜੀ ਮੈਂ ਅਟਾਰੀ ਤੋਂ, ਮੇਰਾ ਪਿੰਡ ਰਣੀਕੇ ਆ। ਅਸੀਂ ਸਿਰਫ ਇਹਨਾਂ ਦਾ ਕੁਲਫੀ ਚੁਸਕੀ ਜੋ ਇਹਨਾਂ ਦਾ ਔਰਗੈਨਿਕ ਚੀਜ਼ਾਂ ਸੀ ਉਹ ਵੇਖਣ ਆਏ ਹਾਂ, ਕਿਉਂਕਿ ਅਸੀਂ ਵੀ ਇਸ ਦੇ ਉੱਤੇ ਕਰ ਰਹੇ ਹਾਂ, ਅਸੀਂ ਇਸ ਦੇ ਉੱਤੇ ਅਸੀਂ ਵੀ ਕਰ ਰਹੇ ਹਾਂ, ਕਿਉਂਕਿ ਸਾਡਾ ਵੀ ਉੱਥੇ GT ਰੋਡ ਅਟਾਰੀ GT ਰੋਡ ਵਾਹਗਾ ਬਾਰਡਰ ਨੂੰ ਜਾਣ ਦੇ ਉੱਤੇ ਹੀ ਸਾਡਾ ਹੈਗਾ ਵਾ ਫਾਰਮ ਹੈਗਾ ਵਾ, ਉਹਦੇ ਵਿੱਚ ਅਸੀਂ ਜਿਹੜੀਆਂ ਔਰਗੈਨਿਕ ਮਤਲਬ ਕਿ ਜ਼ਹਿਰ ਮੁਕਤ ਜਿਹੜੀ ਜਿਹਨੂੰ ਕਹਿ ਦਿੰਦੇ ਹਾਂ ਆਪਾਂ ਗੰਨਾ, ਔਰ ਜ਼ਹਿਰ ਮੁਕਤ ਸਬਜ਼ੀਆਂ, ਜ਼ਹਿਰ ਮੁਕਤ ਫਲ ਅਸੀਂ ਉਗਾ ਰਹੇ ਹਾਂ, ਅਤੇ ਇਹਨਾਂ ਦੇ ਬਾਰੇ ਮੈਨੂੰ ਪਤਾ ਲੱਗਾ ਸੀ ਅਤੇ ਮੈਂ ਇਹਨਾਂ ਕੋਲ ਕੁਛ ਗਾਈਡਲਾਈਨ ਲੈਣ ਆ ਰਿਹਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅੱਜ, ਕਿਉਂਕਿ ਮੇਰਾ ਪ੍ਰੋਫੈਸ਼ਨ ਜਿਹੜਾ ਸੀ ਨਾ, ਮੈਂ ਹੈਲਥ ਡਿਪਾਰਟਮੈਂਟ ਰਿਟਾਇਰ ਹੋਇਆ, ਅਤੇ ਮੈਂ ਇਹ ਚਾਹੁੰਦੇ ਹਾਂ ਕਿਉਂਕਿ ਜਿੰਨਾ ਅਸੀਂ ਮਾੜਾ ਖਾਣਾ ਖਾ ਕੇ ਜਾਂ ਮਾੜੀਆਂ ਚੀਜ਼ਾਂ ਖਾ ਕੇ ਜਿਨ੍ਹਾਂ ਵਿੱਚ ਅਸੀਂ ਬਹੁਤ ਜ਼ਿਆਦਾ ਪੈਸਟੀਸਾਈਡ ਹੈਗੀਆਂ ਨੇ, ਜਿਹਦੇ ਵਿੱਚ ਅਸੀਂ ਮਾੜੀਆਂ ਚੀਜ਼ਾਂ ਪਾ ਕੇ ਜਿਨ੍ਹਾਂ ਦੇ ਨਾਲ ਅਸੀਂ ਜਿਹੜਾ ਖਾਣਾ ਖਾ ਰਹੇ, ਜਿਹਦੇ ਨਾਲ ਸਾਡੀਆਂ ਬਿਮਾਰੀਆਂ ਜਿਹੜੀਆਂ ਨਾ ਬਹੁਤ ਜ਼ਿਆਦੀਆਂ ਵੱਧ ਰਹੀਆਂ ਵਾ, ਸ਼ੂਗਰ, ਹਾਰਟ ਪੇਸ਼ੈਂਟ ਦਾ ਵੱਧ ਰਿਹਾ, ਕਿਡਨੀ ਪ੍ਰੋਬਲਮ ਜ਼ਿਆਦੀਆਂ ਹੋ ਰਹੀਆਂ ਨੇ, ਅਤੇ
ਇਸ ਕਰਕੇ ਫਿਰ ਅਸੀਂ ਸੋਚਿਆ ਸੀ ਵੀ ਜੇ ਇੱਧਰਲੇ ਬੰਨੇ ਕੋਈ ਹੋਇਆ ਜਾਵੇ ਸਟੈਪ ਵਧੀਆ ਵਾ, ਉਹਦੇ ਕਰਕੇ ਅਸੀਂ ਆ ਰਹੇ ਹਾਂ ਜੀ। ਵੇਖ ਰਹੇ ਹਾਂ ਵੀ ਚਲੋ ਲੋਕਾਂ ਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਨਾ ਔਰਗੈਨਿਕ ਚੀਜ਼ਾਂ ਚੰਗੀਆਂ ਚੀਜ਼ਾਂ ਖਾਣੇ ਦਿੱਤੀਆਂ ਜਾਣ, ਕਿਉਂਕਿ ਅੱਜ ਕੱਲ੍ਹ ਮਹਿੰਗਾਈ ਬਹੁਤ ਹੈਗੀ ਆ, ਅਤੇ ਉਹਦੇ ਕਰਕੇ ਇਲਾਜ ਕਰਾਉਣਾ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ। ਬਿਲਕੁਲ, ਇਲਾਜ ਕਰਾਉਣਾ ਬੰਦੇ ਦੀ ਵੱਸ ਦੀ ਗੱਲ ਨਹੀਂ, ਇਸ ਕਰਕੇ ਜ਼ਹਿਰ ਮੁਕਤ ਚੀਜ਼ਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ। ਭਾਅ ਜੀ, ਤੁਹਾਨੂੰ ਲੱਗਦਾ ਕਿ ਜ਼ਰੂਰਤ ਆ ਅੱਜ ਕਿਸਾਨਾਂ ਨੂੰ ਇਸ ਤਰੀਕੇ ਦੇ ਕੰਸੈਪਟ ਅਪਣਾਉਣ ਦੀ, ਤਾਂ ਕਿ ਖੇਤੀ ਦੇ ਨਾਲ ਨਾਲ ਇਹ ਵੀ ਸਹਾਇਕ ਧੰਦੇ ਵੀ ਅਪਣਾ? ਹਾਂਜੀ ਬਿਲਕੁਲ, ਜ਼ਰੂਰ ਚਾਹੀਦਾ, ਕਰਨਾ ਚਾਹੀਦਾ, ਸ਼ਰਮ ਲਾਉਣੀ ਚਾਹੀਦੀ ਹੈ ਥੋੜ੍ਹੀ ਜਿਹੀ। ਹਾਂਜੀ ਹਾਂਜੀ, ਤੁਹਾਨੂੰ ਕਿੱਦਾਂ ਦਾ ਲੱਗਾ ਕੰਸੈਪਟ? ਬਹੁਤ ਵਧੀਆ ਲੱਗਾ, ਅਸੀਂ ਵੇਖਣੇ ਆਏ ਹਾਂ ਇੱਥੇ ਕੰਮ ਕਰਦੇ ਹਾਂ ਆਪਾਂ। ਹਾਂਜੀ, ਆਪਾਂ ਬਗੈਰ ਖਾਦ ਦਵਾਈ ਤੋਂ ਉਹਦੇ ਸਭ ਤਿਆਰ ਬਾਗ ਤਿਆਰ ਕੀਤਾ, ਆਪਣਾ ਗੰਨਾ ਵੀ ਤਿਆਰ ਕੀਤਾ। ਹਾਂਜੀ, ਸਾਬਣ ਬੀਰਪਾਲ ਸਿੰਘ ਦੇ ਵਰਗੇ ਕਿਸਾਨ ਜ਼ਰੂਰ ਅੱਗੇ ਆਉਣੇ ਚਾਹੀਦੇ ਨੇ, ਬਲਕਿ ਦੂਜਿਆਂ ਕਿਸਾਨਾਂ ਨੂੰ ਬੀਰਪਾਲ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ, ਅਤੇ ਆਪਣੇ ਖੇਤੀ ਦੇ ਧੰਦੇ ਦੇ ਨਾਲ ਨਾਲ ਸਹਾਇਕ ਧੰਦੇ ਅਪਣਾ ਕੇ ਆਪਣੇ ਪਰਿਵਾਰ ਦੇ ਰੁਜ਼ਗਾਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਆਪਣੀ ਕਮਾਈ ਦੇ ਸਾਧਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਤਾਂ ਕਿ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਆਪਣੇ ਪਰਿਵਾਰ ਦਾ ਅਤੇ ਆਪਣੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ। ਬੀਰਪਾਲ ਸਿੰਘ ਨੇ ਵੀ ਇਹੀ ਸੋਚ ਮਨ 'ਚ ਰੱਖੀ ਅਤੇ ਇਹ ਕੰਸੈਪਟ ਤਿਆਰ ਕੀਤਾ। ਖੇਤੀ ਕਰਨ ਤੋਂ ਬਾਅਦ ਜਿਹੜਾ ਸਮਾਂ ਮਿਲਦਾ ਹੈ ਉਹਦੇ ਦੌਰਾਨ ਇਹ ਇੱਕ ਕਾਠ ਤਿਆਰ ਕੀਤੀ ਇਹਨਾਂ ਨੇ ਟਰਾਲੀ ਦੇ ਉੱਤੇ, ਟਰੈਕਟਰ ਦੇ ਨਾਲ ਪਿੱਛੇ ਪਾ ਕੇ ਲਿਆਉਂਦੇ ਹਨ, ਸ਼ਹਿਰ ਦੇ ਵਿੱਚ ਲਗਾਉਂਦੇ ਹਨ ਇੱਕ ਜਗ੍ਹਾ 'ਤੇ, ਅਤੇ ਇੱਥੇ ਆਪਣੇ ਘਰ ਦਾ ਸਮਾਨ ਤਿਆਰ ਕੀਤਾ ਹੋਇਆ ਵੇਚਦੇ ਹਨ। ਅਤੇ ਇਸ ਵੇਲੇ ਇਹਨਾਂ ਦੇ ਵੱਲੋਂ ਖੀਰ ਪੂੜੇ, ਦਾਲ, ਸਬਜ਼ੀ, ਰੋਟੀਆਂ, ਚੌਲ, ਇਹ ਸਾਰਾ ਸਮਾਨ ਵੇਚਿਆ ਜਾ ਰਿਹਾ, ਅਤੇ ਨਾਲ ਦੀ ਨਾਲ ਹੀ ਆਪਣੇ ਘਰ ਦੇ ਸਰੋਂ ਤਿਆਰ ਕੀਤੀ ਦਾ ਸਰੋਂ ਦਾ ਤੇਲ ਕੱਢ ਕੇ ਉਹ ਵੀ ਕਸਟਮਰਾਂ ਨੂੰ ਵੇਚਿਆ ਜਾਂਦਾ ਹੈ। ਜ਼ਰੂਰਤ ਹੈ ਐਸੇ ਕੰਸੈਪਟ ਅਪਣਾਉਣ ਦੀ ਅਤੇ ਆਪਣੀ ਕਿਸਾਨੀ ਨੂੰ ਬਚਾਉਣ ਦੀ। ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।